ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਗੁਰਪ੍ਰੀਤ ਸੰਧਾਵਾਲੀਆ ਸਵਾਗਤ ਕਰਦਾ ਜੀ ਪ੍ਰੋਗਰਾਮ ਪ੍ਰਾਈਮ ਫੋਕਸ ਦੇ ਵਿੱਚ। ਇਸ ਪ੍ਰੋਗਰਾਮ ਦੇ ਵਿੱਚ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜੋ ਕੁਝ ਵੀ ਇਸ ਵਕਤ ਵਾਪਰ ਰਿਹਾ ਤੁਹਾਡੇ ਆਸ-ਪਾਸ ਉਹਦੇ ਬਾਰੇ ਤੁਹਾਨੂੰ ਇੱਕ ਸਟੀਕ ਜਾਣਕਾਰੀ ਜਿਹੜੀ ਉਹ ਜ਼ਰੂਰ ਦੇ ਦਈਏ ਅਤੇ ਵੇਲੇ-ਵੇਲੇ ਅਸੀਂ ਆਪ ਜੀ ਦੀ ਮੁਲਾਕਾਤ ਵੀ ਕਰਵਾਉਂਦੇ ਰਹਿੰਦੇ ਹਾਂ ਕੁਝ ਪ੍ਰਮੁੱਖ ਸ਼ਖਸੀਅਤਾਂ ਦੇ ਨਾਲ, ਕਿਉਂਕਿ ਉਹਨਾਂ ਦੇ ਨਾਲ ਸੰਬੰਧਿਤ ਬਹੁਤ ਸਾਰੇ ਮਸਲੇ ਹੁੰਦੇ ਨੇ ਜਿਨ੍ਹਾਂ ਨੂੰ ਆਪਾਂ ਜਾਣਨਾ ਤਾਂ ਚਾਹੁੰਦੇ ਹਾਂ ਪਰ ਕਈ ਵਾਰ ਵੀ ਉਹ ਚੀਜ਼ ਇਵੇਂ ਸਿੱਧੀ ਤੌਰ 'ਤੇ ਨਹੀਂ ਮਿਲਦੀ ਜਿਵੇਂ ਕਿ ਆਪਾਂ ਨੂੰ ਮਿਲਣੀ ਚਾਹੀਦੀ ਆ। ਅੱਜ ਦਾ ਜਿਹੜਾ ਇਹ ਫੋਕਸ ਪ੍ਰੋਗਰਾਮ ਆ ਇਹ ਇਸ ਕਰਕੇ ਬੜਾ ਖਾਸ ਆ ਕਿਉਂਕਿ ਪੰਜਾਬ ਦੇ ਇਸ ਵਕਤ ਜੋ ਸਿਆਸੀ ਹਾਲਾਤ ਨੇ ਉਹਨਾਂ ਸਾਰੇ ਹਾਲਾਤਾਂ ਦੇ ਵਿੱਚ ਕੋਈ ਵੀ ਇੱਕ ਸਪਸ਼ਟ ਤਸਵੀਰ ਆਪਾਂ ਨੂੰ ਨਜ਼ਰ ਨਹੀਂ ਆ ਰਹੀ ਕਿ ਕੌਣ ਸਹੀ ਹੈ ਕੌਣ ਗਲਤ ਆ, ਕਿੰਨੇ ਕਿੰਨੀ ਕੁ ਗਲਤੀ ਕੀਤੀ ਹੈ ਅਤੇ ਕਿੰਨੇ ਕਿੰਨੀ ਕੁ ਉਹਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ ਹੈ। ਚਾਹੇ ਆਪਾਂ ਇਸ ਵਕਤ ਰੂਲਿੰਗ ਪਾਰਟੀ ਦੀ ਗੱਲ ਕਰ ਲਈਏ, ਚਾਹੇ ਆਪਾਂ ਉਸ ਪਾਰਟੀ ਦੀ ਗੱਲ ਕਰ ਲਈਏ ਜਿਹਦਾ ਕਰਕੇ ਉਹ ਸਾਰਾ ਰੌਲਾ ਰੱਪਾ ਪਿਆ ਸੀਗਾ, ਅਤੇ ਚਾਹੇ ਆਪਾਂ ਇੱਕ ਤੀਸਰੀ ਧਿਰ ਦੀ ਗੱਲ ਕਰ ਲਈਏ ਜਿਹਨੇ ਆਪਣੇ ਵੱਲੋਂ ਕੋਸ਼ਿਸ਼ ਕੀਤੀ ਕਿ ਅਸੀਂ ਵਿਰੋਧੀ ਧਿਰ 'ਚ ਹਾਂ ਅਤੇ ਅਸੀਂ ਇੱਕ ਵਿਰੋਧੀ ਧਿਰ 'ਚ ਰਹਿ ਕੇ ਇਸ ਸਾਰੇ ਮਸਲੇ ਨੂੰ ਲੋਕਾਂ ਦੀ ਇੱਕ ਚਿਹਰੇ 'ਚ ਲੈ ਕੇ ਜਾਣਾ ਤਾਂ ਜੋ ਜਿਹੜਾ ਇਨਸਾਫ ਹੈ ਉਹ ਮਿਲ ਸਕੇ। ਪਰ ਉੱਥੇ ਇੱਕ ਬਹੁਤ ਵੱਡਾ ਸਟੈਪ ਪਿਛਲੇ ਦਿਨ ਹੀ ਵਾਪਰਿਆ ਪਰ ਉਹ ਵੀ ਇੱਦਾਂ ਲੱਗਦਾ ਕਿ ਜਿਵੇਂ ਉਹਨੂੰ ਸਿਆਸੀ ਤੌਰ 'ਤੇ ਦੇਖਿਆ ਜਾ ਰਿਹਾ। ਹੁਣ ਕੀ ਉਹਨੂੰ ਸਿਆਸੀ ਤੌਰ 'ਤੇ ਦੇਖਿਆ ਜਾਣਾ ਚਾਹੀਦਾ ਜਾਂ ਉਹ ਵਾਕਈ ਇੱਕ ਇਮੋਸ਼ਨਲ ਮੰਗ ਸੀ ਜਾਂ ਫਿਰ ਉਹ ਜੋ ਕੁਝ ਵੀ ਹੈਗਾ ਉਹਦੇ ਬਾਰੇ ਉਹਨਾਂ ਨੂੰ ਬਹੁਤ ਜ਼ਿਆਦਾ ਇਨਫੋਰਮੇਸ਼ਨ ਹੈ, ਦੈਟਸ ਵਾਈ ਉਹ ਇਸ ਸਾਰੇ ਮੁੱਦੇ ਨੂੰ ਹਾਈਲਾਈਟ ਕਰਨਾ ਚਾਹੁੰਦੇ ਨੇ। ਇਹਨਾਂ ਸਾਰਿਆਂ ਸਵਾਲਾਂ ਦੇ ਜਵਾਬ ਜਿਹੜੇ ਨੇ ਅੱਜ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਲਵਾਂਗੇ। ਮੇਰੇ ਨਾਲ ਨੇ ਸੀਨੀਅਰ ਵਕੀਲ ਸਰਦਾਰ HS ਫੂਲਕਾ ਜੀ, ਆਪਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਫੂਲਕਾ ਸਾਹਿਬ ਬਹੁਤ ਬਹੁਤ ਸਵਾਗਤ ਜੀ। ਮੇਰੇ ਵੱਲੋਂ ਤੁਹਾਡੇ ਸਾਰੇ ਦਰਸ਼ਕਾਂ ਨੂੰ ਜੀ ਸਤਿ ਸ਼੍ਰੀ ਅਕਾਲ। ਫੂਲਕਾ ਸਾਹਿਬ ਪਹਿਲੀ ਗੱਲ ਤਾਂ ਮਿਹਰਬਾਨੀ, ਤੁਸੀਂ ਆਪਣੇ ਇੰਨੇ ਬਿਜ਼ੀ ਸ਼ਡਿਊਲ ਦੇ ਵਿੱਚੋਂ ਸਮਾਂ ਕੱਢਿਆ। ਮੈਨੂੰ ਪਤਾ ਕਿ 84 ਦੀ ਉਹ ਸਾਰੀ ਹੀਅਰਿੰਗ ਜਿਹੜੀ ਉਹ ਹਰ ਰੋਜ਼ ਉੱਥੇ ਤੁਹਾਨੂੰ ਉੱਥੇ ਜਾਣਾ ਪੈਂਦਾ, ਪਰ ਫਿਰ ਵੀ ਤੁਸੀਂ ਸਾਡੇ ਲਈ ਇੰਨਾ ਕੁ ਸਮਾਂ ਕੱਢਿਆ। ਇਹ ਬੜਾ ਜ਼ਰੂਰੀ ਵੀ ਸੀਗਾ ਕਿਉਂਕਿ ਜੋ ਇਸ ਵਕਤ ਪੰਜਾਬ ਦੇ ਹਾਲਾਤ ਨੇ ਉਹਦੇ 'ਤੇ ਇੱਕ ਬਹੁਤ ਵੱਡਾ ਕਹਿ ਲਓ ਕਿ ਸਟੈਪ ਤੁਸੀਂ ਉਠਾਇਆ। ਉਹ ਵੀ ਤੁਸੀਂ ਇਹ ਕਿਹਾ ਕਿ ਮੈਂ ਅਰਦਾਸ ਕਰ ਦਿੱਤੀ ਸੀ, ਮੈਂ ਉਹ ਕਹਿ ਦਿੱਤਾ ਸੀ ਕਿ ਜੇ ਤੁਸੀਂ ਨਹੀਂ ਕਰਦੇ ਤਾਂ ਮੈਨੂੰ ਇਹ ਗੱਦੀਆਂ ਨਹੀਂ ਚਾਹੀਦੀਆਂ, ਐਂਡ ਤੁਸੀਂ ਜੋ ਕਿਹਾ ਸੀ ਆਪਣੇ ਬੋਲ ਪਗਾ 'ਤੇ। ਪਰ ਉਹ ਜਿਹੜੀ ਅਸਤੀਫੇ ਵਾਲੀ ਗੱਲ ਹੈ ਉਹ ਅਜੇ ਵੀ ਉਹਨੂੰ ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ। ਜਿੱਦਾਂ ਹੁਣ ਸਭ ਤੋਂ ਪਹਿਲਾਂ ਆਪਾਂ ਕਾਂਗਰਸ ਪਾਰਟੀ ਦੀ ਗੱਲ ਕਰ ਲਈ, ਮੈਂ ਤੁਹਾਡੇ ਦੇ ਵਿੱਚੋਂ ਵੀ ਕੁਛ ਇੱਕ ਆਵਾਜ਼ਾਂ ਆਈਆਂ ਸੀਗੀਆਂ ਕਿ ਇਹ ਤਾਂ ਜੀ ਅਸਤੀਫਾ ਬਸ ਐਵੇਂ ਨਾਂ ਦਾ ਦਿੱਤਾ ਗਿਆ, ਉਹ ਕਿਹੜਾ ਪ੍ਰਵਾਨ ਹੋ ਗਿਆ, ਇਹ ਕੀ ਚੀਜ਼ ਹੈ ਜੀ? ਦੇਖੋ, ਪਹਿਲਾਂ ਤਾਂ ਮੈਂ ਤੁਹਾਨੂੰ ਜਿਹੜਾ ਇਹਦੀ ਥੋੜ੍ਹੀ ਜਿਹੀ ਬੈਕਗ੍ਰਾਊਂਡ ਜੀ ਅਤੇ ਮਕਸਦ ਮੈਂ ਥੋੜ੍ਹਾ ਉਹਦੇ ਬਾਰੇ ਦੱਸਦੇ ਹਾਂ। ਜਿਹੜੀ ਇਹ ਸਾਰੀ ਮੁਹਿੰਮ ਸਾਡੀ ਇਹ ਚੱਲ ਰਹੀ ਆ ਜੀ, ਰਣਜੀਤ ਸਿੰਘ ਦੀ ਰਿਪੋਰਟ ਹੋਈ, ਬੇਅਦਬੀ ਵਾਲਾ ਹੋਇਆ, ਮੇਰੇ ਮੁਤਾਬਕ ਇਹਦੇ 'ਚੋਂ ਤਿੰਨ ਚੀਜ਼ਾਂ ਨੇ ਜੀ ਜਿਹੜੀਆਂ ਇਹਦੇ ਬਾਰੇ ਜ਼ਰੂਰੀ ਆ। ਪਹਿਲੀ ਗੱਲ ਕਿ ਅੱਜ ਤੱਕ ਇਤਿਹਾਸ ਦੇ ਵਿੱਚ ਬੇਅਦਬੀ ਕਰਨ ਵਾਲੇ ਨੂੰ ਕੌਮ ਨੇ ਕਦੇ ਮਾਫ਼ ਨਹੀਂ ਕੀਤਾ, ਅਤੇ ਸਾਡੀ ਪੀੜ੍ਹੀ ਦੇ ਨਾਮ ਦੇ ਉੱਤੇ ਇਤਿਹਾਸ ਵਿੱਚ ਦਾਗ ਨਾ ਲੱਗ ਜਾਏ ਇੱਕ ਐਸੀ ਵੀ ਪੀੜ੍ਹੀ ਆਈ ਜਿਹੜੀ ਬੋਲ ਹੀ ਨਹੀਂ ਸਕੀ ਜੀ। ਦੂਜੀ ਗੱਲ, ਜਿਨ੍ਹਾਂ ਨੇ ਬੇਅਦਬੀ ਕਰਵਾਈ ਆ ਅੱਜ ਵੀ ਉਹ ਬੜੇ ਪਾਵਰਫੁਲ ਪੁਜੀਸ਼ਨ ਅੱਜ ਵੀ ਕੰਟਰੋਲ 'ਚ ਬੈਠੇ ਆ। ਕਾਰਨ ਕੀ ਸੀ ਸਭ ਤੋਂ ਵੱਡਾ? ਕਿਉਂਕਿ ਉਹਨਾਂ ਕੋਲ ਕੰਟਰੋਲ ਸੀ, ਉਹਨਾਂ ਕੋਲ ਜਿਹੜੇ ਸਰਕਾਰ ਵੀ ਸੀ, ਉਹਨਾਂ ਕੋਲ ਜਿਹੜੇ ਸਾਡੇ ਧਾਰਮਿਕ ਅਦਾਰਿਆਂ 'ਤੇ ਵੀ ਪੂਰੀ ਤਰ੍ਹਾਂ ਕੰਟਰੋਲ ਸੀ, ਬਲਕਿ ਉਹ ਐਸੀ ਪੁਜੀਸ਼ਨ ਦੇ ਵਿੱਚ ਸਨ ਕਿ ਜਦੋਂ ਮਰਜ਼ੀ ਉਹ ਰਾਮ ਰਹੀਮ ਨੂੰ ਮਾਫ਼ੀ ਮੰਗਵਾ ਦੇਣ, ਜਦੋਂ ਮਰਜ਼ੀ ਉਹਦੀ ਮਾਫ਼ੀ ਕੈਂਸਲ ਕਰਵਾ ਦੇਣ, ਜਦੋਂ ਮਰਜ਼ੀ ਉਹਦੇ ਉਹਨੂੰ ਕਹਿ ਦੇਣ ਕਿ ਬਿਨਾਂ ਉਹਦੇ ਆਈ ਮਾਫ਼ੀ ਲੈ ਲਓ, ਬਲਕਿ ਐਸੀ ਪੂਰੀ ਉਹ ਇੱਕ ਪੁਜੀਸ਼ਨ ਸੀ ਜਿੱਥੇ ਪੂਰਾ ਪੂਰਾ ਉਹਦਾ ਕੰਟਰੋਲ ਸੀ। ਅੱਜ ਆਪਾਂ ਜੇਕਰ ਜ਼ੋਰ ਪਾ ਕੇ ਅੱਜ ਆਪਾਂ ਇੱਥੇ ਕੁਛ ਨਾ ਕੁਛ ਕਰਵਾ ਵੀ ਲੈਂਦੇ ਹਾਂ ਅਤੇ ਕੰਟਰੋਲ ਤਾਂ ਉਹਨਾਂ ਦਾ ਹੀ ਚੱਲਣਾ। ਮੈਂ ਜਿਹੜੀ ਇੱਕ ਹੋਰ ਦੂਜੀ ਚੀਜ਼ ਸ਼ੁਰੂ ਕੀਤੀ ਹੈ, ਤੁਸੀਂ ਦੇਖਿਆ ਹੋਣਾ ਪਿਛਲੇ ਕੁਛ ਦਿਨਾਂ ਤੋਂ ਕਿ ਧਾਰਮਿਕ ਅਦਾਰਿਆਂ ਤੋਂ ਅਸੀਂ ਇਹ ਸਿਆਸੀ ਕੰਟਰੋਲ ਤੋਂ ਬਾਹਰ ਨਿਕਾਲੀਏ, ਇਹ ਵੀ ਇਹਦਾ ਮਕਸਦ ਹੈ ਬਹੁਤ ਵੱਡਾ। ਕਿਉਂਕਿ ਕੱਲ੍ਹ ਨੂੰ ਬਾਦਲਾਂ ਤਾਂ ਕੱਢਣ ਦੀ ਲੋੜ ਹੀ ਲੋੜ ਆ ਜੀ, ਕੱਲ੍ਹ ਨੂੰ ਕੋਈ ਹੋਰ ਬਾਦਲ ਲਾ ਕੇ ਬੈਠ ਕੇ ਇਹੀ ਕੰਮ ਕਰ ਲਏ ਕਿ ਮੈਨੂੰ ਤਾਂ ਵੋਟਾਂ ਚਾਹੀਦੀਆਂ ਜੀ, ਮੈਨੂੰ ਤਾਂ ਰਾਮ ਰਹੀਮ ਦੀਆਂ ਵੋਟਾਂ ਨਾਲ ਜ਼ਿਆਦਾ ਪਿਆਰ ਆ, ਮੈਨੂੰ ਇਹ ਸਿੱਖਾਂ ਨਾਲ ਨਹੀਂ ਪਿਆਰ। ਮਤਲਬ ਇਹ ਕਿ ਤੁਹਾਨੂੰ ਲੱਗਿਆ ਕਿ ਪਿਛਲੇ ਦਿਨ ਜੋ ਕੁਝ ਵਾਪਰਿਆ ਸੀ ਉਹ ਇੱਕ ਸੌਦੇਬਾਜ਼ੀ ਸੀ? ਹਾਂ ਬਿਲਕੁਲ 100%। ਤੀਜੀ ਗੱਲ ਜਿਹੜੀ ਹੈ, ਕਿਉਂਕਿ ਹੁਣ ਜਿੰਨੇ ਲੋਕ ਆਮ ਜਨਤਾ ਖਾਸ ਕਰਕੇ ਪੰਥਕ ਲੋਕ ਸਾਰੇ ਸਾਰੇ ਬਾਦਲਾਂ ਦੇ ਖਿਲਾਫ ਹੋਏ ਆ, ਅਤੇ ਕਾਂਗਰਸ ਨੇ ਜਿਵੇਂ ਉਹਦਾ ਪੂਰੇ ਦਾ ਪੂਰਾ ਸਿਆਸੀ ਫਾਇਦਾ ਲੈਣਾ ਚਾਹਿਆ ਅਤੇ ਉਹਨਾਂ ਨੂੰ ਆਪਣੇ ਨਾਲ ਜੋੜਨਾ ਚਾਹਿਆ, ਅਤੇ ਉਹ ਵਾਲੀ ਜਿਹੜੀ ਗੱਲ ਸੀ ਬਹੁਤ ਹੀ ਗਲਤ ਗੱਲ ਸੀ, ਜਿਹੜੀ ਕਿ ਬਲਕਿ ਬਿਲਕੁਲ ਇੱਕ ਤਰ੍ਹਾਂ ਦੀ ਜਿਹਨੇ ਮੈਨੂੰ ਖਾਸ ਕਰਕੇ ਝਿਜੋਲਿਆ ਸੀ ਕਿ ਜਿਵੇਂ ਇਹ ਬਹੁਤ ਵੱਡਾ ਕੌਮ ਨਾਲ ਧੋਖਾ ਕਰਕੇ ਸਿਰਫ ਅਤੇ ਸਿਰਫ ਇਸ ਤੋਂ ਸਿਆਸੀ ਫਾਇਦਾ ਲੈਣਾ ਚਾਹੁੰਦੇ ਆ। ਹੁਣ ਆਪਾਂ ਆਈਏ ਵਾਪਸ ਉਹਨਾਂ ਦਿਨਾਂ ਦੇ ਵਿੱਚ, 28 ਅਗਸਤ ਨੂੰ ਇਹਦੀ ਬਹਿਸ ਹੋਈ ਜੀ, ਬਹਿਸ ਦੇ ਵਿੱਚ ਵਾਰੀ ਵਾਰੀ ਸਾਰੇ ਮੰਤਰੀਆਂ ਨੇ ਵੱਡੇ ਵੱਡੇ ਭਾਸ਼ਣ ਦਿੱਤੇ, ਜਦੋਂ ਕਹਿੰਦੇ ਸੀ ਮੰਤਰੀ 5 ਦੇ 5 ਕਹਿੰਦੇ ਸੀ ਜੀ,
ਕਿ ਰਾਮ ਰਹੀਮ ਸਮੇਤ ਸੈਣੀ ਅਤੇ ਬਾਦਲ ਦੇ ਖਿਲਾਫ਼ ਕੇਸ ਚੱਲਣੇ ਚਾਹੀਦੇ ਆ, ਕੇਸ ਚਲਾਓ। ਮੈਂ ਕਹਿੰਦਾ ਸੀ ਚਲਾਓ, ਤੁਸੀਂ ਸਰਕਾਰ ਮੰਤਰੀ ਸਰਕਾਰ ਹੁੰਦਾ, MLA ਦੀ ਗੱਲ ਨਹੀਂ ਹੁੰਦੀ। ਮੰਤਰੀ ਜੋ ਵਿਧਾਨ ਸਭਾ 'ਚ ਬੋਲਦਾ ਸਮਝੋ ਸਰਕਾਰ ਬੋਲ ਰਹੀ ਆ। ਮੈਂ ਕਿਹਾ ਚਲਾਓ, ਮੁੱਖ ਮੰਤਰੀ ਸਾਹਿਬ ਜਵਾਬ ਦੇਣਗੇ, ਮੁੱਖ ਮੰਤਰੀ ਸਾਹਿਬ ਐਲਾਨ ਕਰਨਗੇ। ਉਦੋਂ ਇਹ ਪੂਰੀ ਉਮੀਦ ਸੀ ਜਿਵੇਂ ਇਹ ਚੱਲ ਰਹੇ ਸੀ, ਵੱਡੀਆਂ ਵੱਡੀਆਂ ਗੱਲਾਂ, ਕਸਟੂਡੈਂਟ ਇੰਟੈਰੋਗੇਸ਼ਨ ਕਰੋ, ਇਹਨਾਂ ਨੂੰ ਗ੍ਰਿਫਤਾਰ ਕਰੋ, ਅੰਦਰ ਬਿਠਾ ਕੇ ਇਹਨਾਂ ਦੀ ਇੰਟੈਰੋਗੇਸ਼ਨ ਕਰੋ, ਦੇਖੋ ਕਿਵੇਂ ਨਹੀਂ ਬੋਲਦੇ। ਉਦੋਂ ਐਂ ਲੱਗ ਰਿਹਾ ਸੀ ਕਿ ਅੱਜ ਸ਼ਾਮ ਨੂੰ ਬਸ ਸਮਝੋ ਇਹ ਸੈਨੀ ਅਤੇ ਬਾਦਲ ਅੰਦਰ ਲਾਓ, ਰਾਮ ਰਹੀਮ ਤਾਂ ਅੰਦਰ ਬੈਠਾ ਹੀ ਆ। ਜਦੋਂ ਅਖੀਰ ਦੇ ਉੱਤੇ ਆ ਕੇ ਮੁੱਖ ਮੰਤਰੀ ਨੇ ਐਲਾਨ ਕਰਨੇ ਸੀ, ਉਦੋਂ ਮੁੱਖ ਮੰਤਰੀ ਸਾਹਿਬ ਨੇ ਕਿਹਾ ਜੀ ਬਾਦਲ ਦੀ ਉਮਰ ਤਾਂ ਇੰਨੀ ਆ, ਇੰਨੀ ਨਹੀਂ, ਬਾਦਲ ਤਾਂ ਐਂ ਕਰਦਾ, ਬਾਦਲ ਐਂ ਕਰਦਾ, ਉਹ ਇਹੀ ਕਹਾਣੀਆਂ ਪਾਈਆਂ। ਮਗਰੋਂ ਕਹਿੰਦੇ ਅੱਛਾ ਜੀ ਮਤਾ, ਜੀ ਮਤਾ ਹੋਇਆ ਜੀ, SIT ਬਣਾ ਦਿਓ ਜੀ। ਜਦੋਂ ਇਹਨਾਂ ਨੇ ਉਹ ਗੱਲ ਕਹੀ ਉਦੋਂ ਹੀ ਨਾਲ ਦੀ ਨਾਲ ਹੀ ਸਪੀਕਰ ਉੱਠ ਕੇ ਹਾਊਸ ਸਰਜੈਂਟ ਕਰਕੇ ਖਤਮ ਹੋ ਗਿਆ। ਉੱਥੇ ਮੈਂ ਰੌਲਾ ਪਾਇਆ, ਮੈਂ ਕਿਹਾ ਅਸਲੀ ਫੈਸਲਾ ਤੁਸੀਂ ਇੱਥੇ ਕਰਨਾ ਸੀ। ਉੱਥੇ ਕਾਂਗਰਸ ਵਾਲੇ ਸਾਰੇ ਆ ਕੇ ਮੁਬਾਰਕਾਂ ਦੇਣ ਲੱਗੇ ਮੁੱਖ ਮੰਤਰੀ ਨੂੰ, ਬਹੁਤ ਵਧੀਆ ਕਰਤਾ ਜੀ, ਬਹੁਤ ਵਧੀਆ ਕਰਤਾ। ਉਹ ਮੈਂ ਕਿਹਾ ਵਧੀਆ ਕੀ ਕੀਤਾ, ਇੱਥੇ ਹੀ ਵਿਧਾਨ ਸਭਾ ਦੇ ਵਿੱਚ ਹੀ ਐਲਾਨ ਹੋਣਾ ਚਾਹੀਦਾ ਸੀ, ਜਿਹੜਾ ਕਿ ਰਣਜੀਤ ਸਿੰਘ ਦੀ ਰਿਪੋਰਟ ਦੇ ਬੇਸ ਦੇ ਉੱਤੇ ਅਸੀਂ ਸੈਣੀ ਅਤੇ ਸਮੇਤ ਆਪਣਾ ਬਾਦਲ ਦੇ ਖਿਲਾਫ਼ ਵੀ ਕੇਸ ਚਲਾਵਾਂਗੇ, ਕਿਉਂਕਿ ਮੈਨੂੰ ਇਸ ਚੀਜ਼ ਦਾ ਪਤਾ ਉੱਥੇ। ਮੈਂ ਉਹੀ ਉਸੇ ਸਵਾਲ 'ਤੇ ਆਉਣਾ ਚਾਹੁੰਦਾ ਫੁਲਕਾ ਸਾਹਿਬ। ਦੇਖੋ ਜੀ, ਇਹ ਸਾਰੀਆਂ ਗੱਲਾਂ ਤੁਹਾਨੂੰ ਉਦੋਂ ਪਤਾ ਸੀਗੀਆਂ, ਤੁਸੀਂ ਉੱਥੇ ਉਹ ਵਿਧਾਨ ਸਭਾ ਦੇ ਵਿੱਚ ਉਦੋਂ ਕਹੀਆਂ ਕਿਉਂ ਨਹੀਂ? ਜਾਂ ਉਹਨਾਂ ਨੂੰ ਜੇ ਤੁਸੀਂ ਕਹੀਆਂ ਤਾਂ ਉਹਨਾਂ ਨੇ ਕਿਉਂ ਨਹੀਂ ਰਿਐਕਟ ਕੀਤਾ? ਮੈਂ, ਕਿਉਂਕਿ ਉਹਨਾਂ ਦਾ ਬਹਾਨਾ ਇਹ ਸੀ ਕਿ ਐਡੀ ਛੇਤੀ ਕੁਛ ਨਹੀਂ ਹੋ ਸਕਦਾ ਜੀ, ਫੂਲਕਾ ਸਾਹਿਬ ਜਿੱਦਾਂ ਦੀਆਂ ਗੱਲਾਂ ਕਰਦੇ, ਇੱਦਾਂ ਅਸੀਂ ਕਿੱਦਾਂ ਕਹਿ ਦਈਏ ਚੁੱਪ ਕਰਕੇ? ਜਦੋਂ ਵਿਧਾਨ ਸਭਾ 'ਚ ਇਹੀ ਗੱਲ ਜਦੋਂ ਮੈਂ ਵਾਰੀ ਵਾਰੀ ਕਿਹਾ, ਉਹਨਾਂ ਕਿਹਾ ਜੀ ਮੁੱਖ ਮੰਤਰੀ ਜੀ ਐਲਾਨ ਕਰਨਗੇ। ਜਦੋਂ ਮੁੱਖ ਮੰਤਰੀ ਨੇ ਐਲਾਨ ਕਰਕੇ ਇੱਕ ਮਤਾ ਪਾਸ ਕਰਕੇ ਉਸ ਤੋਂ ਬਾਅਦ ਥੈਂਕ ਯੂ ਕਹਿੰਦਾ, ਇੱਕਦਮ ਉੱਠ ਕੇ ਸਪੀਕਰ ਚਲਾ ਗਿਆ, ਉੱਥੇ ਤਾਂ ਮੈਂ ਰੌਲਾ ਪਾਇਆ। ਮਤਲਬ ਉਨੀ ਦੇਰ ਤੁਸੀਂ ਇੰਤਜ਼ਾਰ ਕਰਦੇ ਰਹੇ ਕਿ ਸ਼ਾਇਦ ਕੁਛ? ਮੁੱਖ ਮੰਤਰੀ ਨੇ ਐਲਾਨ ਹੀ ਮੁੱਖ ਮੰਤਰੀ ਨੇ ਕਰਨੇ ਸੀ। ਮੁੱਖ ਮੰਤਰੀ ਨੇ ਜਦੋਂ ਐਲਾਨ ਕਰਕੇ ਥੈਂਕ ਯੂ ਕਹਿੰਦਾ ਸੀ, ਕਹਿੰਦਾ ਖਤਮ ਹੋ ਗਿਆ, ਵਿਧਾਨ ਸਭਾ ਦੇ ਵਿੱਚ ਹੀ ਮੈਂ ਰੌਲਾ ਪਾਉਣਾ ਸ਼ੁਰੂ ਕੀਤਾ। ਜੇਕਰ ਤੁਸੀਂ ਉਦੋਂ ਦੀਆਂ ਵੀਡੀਓ ਨਿਕਾਲ ਕੇ ਦੇਖੋ, ਜੀ ਜੀ ਜੀ, ਬਾਹਰ ਆਉਂਦੇ ਸਾਰ ਮੈਂ ਮੀਡੀਆ ਨੂੰ ਕਿਹਾ, ਮੈਂ ਕਹਿੰਦਾ ਬਹੁਤ ਵੱਡਾ ਧੋਖਾ ਹੋ ਗਿਆ, ਇਹ ਐਲਾਨ ਤਾਂ ਇੱਥੇ ਵਿਧਾਨ ਸਭਾ ਦੇ ਵਿੱਚ ਹੋਣਾ ਚਾਹੀਦਾ ਸੀ ਕਿ ਇਹਨਾਂ ਦੇ ਖਿਲਾਫ਼ ਕੇਸ ਚੱਲਣਗੇ, ਕਿਉਂਕਿ ਇਹ ਕਮਿਸ਼ਨ ਦੀ ਰਿਪੋਰਟ ਸਿਫਾਰਸ਼ਾਂ ਹੁੰਦੀਆਂ। ਕਮਿਸ਼ਨ ਦੀ ਰਿਪੋਰਟ ਇੱਕ ਸਿਫਾਰਸ਼ਾਂ ਹੈ, ਸਿਫਾਰਸ਼ਾਂ ਮੰਨਣਾ ਸਰਕਾਰ ਦੀ ਮਰਜ਼ੀ ਹੁੰਦੀ ਹੈ, ਮੰਨਣ ਜਾਂ ਨਾ ਮੰਨਣ। ਉਹ ਦੇਖੋ, ਮੈਨੂੰ ਪੁਰਾਣੀ ਬੈਕਗ੍ਰਾਉਂਡ ਦਾ ਪਤਾ, ਨਾਨਾਵਤੀ ਕਮਿਸ਼ਨ ਦੀ ਜਦੋਂ ਰਿਪੋਰਟ ਪੇਸ਼ ਹੋਈ ਸੀ, ਨਾਨਾਵਤੀ ਨੇ ਕਿਹਾ ਸੀ ਸੱਜਣ ਅਤੇ ਟਾਈਟਲ ਦੇ ਖਿਲਾਫ਼ ਕੇਸ ਚਲਾਓ। ਉਦੋਂ ਦੀ ਕਾਂਗਰਸ ਸਰਕਾਰ ਸੈਂਟਰ ਦੇ ਵਿੱਚ ਸੀ, ਉਹਨਾਂ ਨੇ ਕਿਹਾ ਸੀ ਨਹੀਂ ਚਲਾਉਣੇ, ਉਹਨਾਂ ਨੇ ਜਾ ਕੇ ਸਦਨ ਨੂੰ ਕਹਿਤਾ ਜੀ ਇਹ ਕੇਸ ਨਹੀਂ ਚਲਾਉਣੇ। ਤਿੰਨ ਦਿਨ ਉਦੋਂ ਦੋਨੇ ਸੈਸ਼ਨ, ਲੋਕ ਸਭਾ 'ਚ ਵੀ ਰਾਜ ਸਭਾ 'ਚ ਵੀ ਬੜਾ ਰੌਲਾ ਪਿਆ, ਤਿੰਨ ਦਿਨ ਇਹ ਸੈਸ਼ਨ ਚੱਲਿਆ ਨਹੀਂ। ਉਸ ਤੋਂ ਮਗਰੋਂ ਜਾ ਕੇ 10 ਅਗਸਤ ਅਤੇ 11 ਅਗਸਤ ਨੂੰ ਬਹਿਸ ਹੋਈ। ਬਹਿਸ ਤੋਂ ਮਗਰੋਂ ਪ੍ਰਾਈਮ ਮਿਨਿਸਟਰ ਨੇ ਡਿਕਲੇਅਰ ਕੀਤਾ ਕਿ ਇਹਨਾਂ ਦੋਨਾਂ ਦੇ ਖਿਲਾਫ਼ ਕੇਸ, ਕ੍ਰਿਮੀਨਲ ਕੇਸ ਚੱਲਣਗੇ, ਸਦਨ ਦੇ ਵਿੱਚ ਡਿਕਲੇਅਰ ਕੀਤਾ। ਤੋ ਇਹ ਸਦਨ ਦੇ ਵਿੱਚ ਇਹ ਡਿਕਲੇਅਰ ਕਰਨਾ ਹੁੰਦਾ, ਜਦੋਂ ਸਦਨ 'ਚ ਡਿਕਲੇਅਰ ਕੀਤਾ ਉਸ ਤੋਂ ਮਗਰੋਂ ਇਹ ਕੇਸ CBI ਨੂੰ ਗਏ, ਜਿਵੇਂ ਇੱਥੇ ਉਹਨਾਂ ਨੇ SIT ਨੂੰ ਕਿਹਾ। CBI ਨੂੰ ਗਏ, ਉਹ CBI ਨੂੰ ਜਿਹੜੇ ਗਏ ਉਹਦੇ ਚਿੱਠੀ 'ਚ ਲਿਖਿਆ ਸੀ ਕਿ ਤੁਸੀਂ ਸੱਜਣ ਅਤੇ ਟਾਈਟਲ ਦੇ ਖਿਲਾਫ਼ ਇਨਕੁਆਇਰੀ ਕਰਨੀ, ਇਨਵੈਸਟੀਗੇਸ਼ਨ ਕਰਨੀ ਆ। ਕੇਸ ਤਾਂ ਇਨਵੈਸਟੀਗੇਟ CBI ਨਹੀਂ ਕਰਨਾ ਹੁੰਦਾ, ਉਹ ਜਿਹੜਾ ਲਿਖਿਆ ਸੀ ਉਹਦੇ ਕਰਕੇ ਉਹਦਾ ਨਤੀਜਾ ਕੀ ਹੋਇਆ ਕਿ ਉਹਨਾਂ ਨੇ ਟਾਈਟਲ ਦੇ ਖਿਲਾਫ਼ ਕੇਸ ਬੰਦ ਕਰਤਾ, ਸੱਜਣ ਦੇ ਖਿਲਾਫ਼ ਵੀ ਸ਼ਾਇਦ ਬੰਦ ਕਰ ਦਿੰਦੇ, ਟਾਈਟਲ ਦੇ ਖਿਲਾਫ਼ ਕੇਸ ਬੰਦ ਕਰਤਾ। ਬੰਦ ਕਰਕੇ ਉਹਨਾਂ ਨੂੰ ਕੋਰਟ ਦੇ ਅੱਗੇ ਜੋ ਕੇਸ ਪੁਲਿਸ ਬੰਦ ਕਰਦੇ ਤਾਂ ਕੋਰਟ ਨੇ ਅੱਗੇ ਇਜਾਜ਼ਤ ਦੇਣੀ ਹੁੰਦੀ ਆ, ਕਿਉਂਕਿ ਇਹ ਜੋ ਸਰਕਾਰ ਤੋਂ ਚਿੱਠੀ ਗਈ ਉਹਦੇ ਵਿੱਚ ਟਾਈਟਲ ਦਾ ਨਾਮ ਸੀ, ਤਾਂ ਕਰਕੇ ਉਹਨਾਂ ਨੂੰ ਕੋਰਟ ਨੂੰ ਲਿਖ ਕੇ ਭੇਜਣਾ ਪਿਆ ਕਿ ਜੀ ਅਸੀਂ ਇੱਕ ਹੋਰ ਮੁਲਜ਼ਮ ਦੇ ਥਾਂ ਨਾ ਉਹਨਾਂ ਦੇ ਖਿਲਾਫ਼ ਚਾਰਜਸ਼ੀਟ ਦਿੱਤੀ ਚਲਾਨ। ਇੱਕ ਉਹ ਸੁਰੇਸ਼ ਪਾਨੀਵਾਲਾ ਸੀ, ਸੁਰੇਸ਼ ਪਾਨੀਵਾਲਾ ਨੇ 3 ਕਤਲ ਕੀਤੇ ਆ ਜੀ, ਉਹਨਾਂ ਦੇ ਵਿੱਚ ਲਿਖਣਾ ਪਿਆ ਟਾਈਟਲਰ ਦੇ ਖਿਲਾਫ਼ ਅਸੀਂ ਚਾਰਜਸ਼ੀਟ ਕਿਉਂ ਨਹੀਂ ਦੇ ਰਹੇ, ਉਹ ਵਿੱਚ ਲਿਖਿਆ ਰੀਜ਼ਨਿੰਗ ਸੀ, ਰੀਜ਼ਨਿੰਗ ਦਿੱਤੀ। ਜਦੋਂ ਦਿੱਤੀ ਜਿਸ ਦਿਨ ਉਹਨਾਂ ਨੇ ਉਹ ਪੇਸ਼ ਕੀਤੀ ਉਸ ਦਿਨ ਮੈਂ ਜਾ ਕੇ ਉੱਥੇ ਪੇਸ਼ ਹੋਇਆ, ਮੈਂ ਕਿਹਾ ਜੀ ਇਹ ਤਾਂ ਕਲੋਜ਼ਰ ਰਿਪੋਰਟ ਆ, ਟਾਈਟਲ ਦੇ ਖਿਲਾਫ਼ ਤਿੰਨ ਨੇ ਕੇਸ ਕਲੋਜ਼ ਕਰਤਾ, ਅਸੀਂ ਕੰਪਲੇਂਟ ਵੱਲੋਂ ਸਾਨੂੰ ਰਾਈਟ ਦਿੱਤਾ ਜਾਵੇ, ਅਸੀਂ ਉਹਨੂੰ ਅਪੋਜ਼ ਕਰਾਂਗੇ। ਉਹਨੂੰ ਅਪੋਜ਼ ਕਰਕੇ ਉਹ ਕਲੀਨ ਚਿੱਟ ਰਿਜੈਕਟ ਕਰਵਾਈ, ਉਹ ਰਿਜੈਕਟ ਕਰਾਈ ਤਾਂ ਹੀ ਕੇਸ ਬਚਿਆ। ਜੇਕਰ ਇਹ ਸਰਕਾਰ ਦੀ ਚਿੱਠੀ ਵਿੱਚ ਨਾ ਲਿਖਿਆ ਹੋਵੇ ਤਾਂ ਕੱਲ੍ਹ ਨੂੰ ਸਰਕਾਰ ਕਿਸੇ ਹੋਰ ਨੂੰ ਜਾ ਕੇ ਸਾਲ ਲਾ ਦੇਣ, 6 ਮਹੀਨੇ ਲਾ ਦੇਣ, ਜਿੰਨਾ ਵੀ ਲਾਉਣ, ਚਲਾਨ ਜਾ ਕੇ ਕਿਸੇ ਹੋਰ ਦੇ ਖਿਲਾਫ਼ ਪੇਸ਼ ਕਰ ਦੇਣ। ਉਹਨਾਂ ਨੂੰ ਸਰਕਾਰ ਨੂੰ ਕੋਈ ਲੋੜ ਨਹੀਂ ਉਹਦੇ 'ਚ ਲਿਖਣ ਦਾ ਕਿ ਅਸੀਂ ਸੈਣੀ ਅਤੇ ਬਾਦਲ ਨੂੰ ਕਲੀਨ ਚਿੱਟ ਕਿਉਂ ਦੇ ਰਹੇ ਹਾਂ। ਪੁਲਿਸ ਨੂੰ ਕੋਈ ਲੋੜ ਨਹੀਂ, ਬਿਲਕੁਲ ਕੋਈ ਜ਼ਰੂਰਤ ਨਹੀਂ ਇਹ ਚੀਜ਼ਾਂ ਲਿਖਣ ਦੀ।
ਮੈਂ ਫੁਰਕਾ ਸਾਹਿਬ ਇੱਕ ਮਿੰਟ ਤੁਹਾਨੂੰ ਇੱਥੇ ਰੋਕਣਾ ਚਾਹੂੰਗਾ। ਮੈਂ ਆਪਣੇ ਦਰਸ਼ਕਾਂ ਨੂੰ ਦੱਸਦਾ ਜੀ ਕਿ ਪ੍ਰਾਈਮ ਏਸ਼ੀਆ ਟੀਵੀ 'ਤੇ ਇਸ ਵਕਤ ਪ੍ਰਾਈਮ ਫੋਕਸ ਦੇ ਵਿੱਚ HS ਫੁਰਕਾ ਸਾਹਿਬ ਮੇਰੇ ਨਾਲ ਨੇ ਅਤੇ ਅੱਜ ਸਾਡੀ ਕੋਸ਼ਿਸ਼ ਇਹ ਹੋਊਗੀ ਕਿ ਇਹ ਜੋ ਕੁਛ ਵੀ ਮਸਲਾ ਇਸ ਵਕਤ ਅਲੱਗ ਅਲੱਗ ਐਂਗਲਸ ਤੋਂ ਤੁਸੀਂ ਦੇਖ ਰਹੇ ਹੋ, ਇਹ ਸਾਰੇ ਕੁਛ ਦੀ ਐਗਜੈਕਟ ਕਾਨੂੰਨੀ ਪੋਜੀਸ਼ਨ ਕਿਹੜੀ ਹੈ ਆਪਾਂ ਉਹ ਵੀ ਜਾਣ ਲਈਏ, ਜਿਸ ਕਰਕੇ ਫੁਲਕਾ ਸਾਹਿਬ ਨੇ ਅਸਤੀਫਾ ਦਿੱਤਾ ਅਤੇ ਉਹ ਕਹਿ ਰਹੇ ਨੇ ਕਿ ਇਸ ਚੀਜ਼ ਦੇ ਉੱਪਰ ਪ੍ਰੈਸ਼ਰ ਪੈਣਾ ਚਾਹੀਦਾ। ਫੁਲਕਾ ਸਾਹਿਬ, ਮੈਂ ਗੱਲ ਸਮਝ ਗਿਆ ਤੁਹਾਡੀ ਕਿ ਵੀ ਜੋ ਉਹਦੇ 'ਚ ਸਿਫਾਰਿਸ਼ਾਂ ਸੀਗੀਆਂ, ਜੇ ਉਹਨਾਂ ਸਿਫਾਰਿਸ਼ਾਂ ਦੇ ਵਿੱਚ ਕਾਂਗਰਸ ਸਰਕਾਰ ਦੀ ਸਵੈਰਤਾ ਹੁੰਦੀ ਤਾਂ ਉਸ ਦਿਨ ਜਿਹੜੀ 6-7 ਘੰਟੇ ਬਹਿਸ ਚੱਲੀ ਸੀ, ਸ਼ਾਮ ਨੂੰ ਇੱਕ ਬਿਆਨ ਮੁੱਖ ਮੰਤਰੀ ਸਾਹਿਬ ਦਾ ਇਹੋ ਜਿਹਾ ਆਉਂਦਾ ਜਿਹਦੇ ਤੋਂ ਲੱਗਦਾ ਕਿ ਵਾਕਿਆ ਕੁਛ ਉਹ ਕਰਨਾ ਚਾਹੁੰਦੇ ਨੇ। ਪਰ ਚਲੋ ਮੰਨ ਲਿਆ ਕਿ ਉਹਨਾਂ ਨੇ ਉੱਥੇ ਨਹੀਂ ਕਿਹਾ, ਪਰ ਉਸ ਤੋਂ ਬਾਅਦ 1-2 ਦਿਨ ਬਾਅਦ ਤੁਸੀਂ ਮੇਰੇ ਖਿਆਲ 1 ਸਤੰਬਰ ਨੂੰ ਕਿਹਾ ਸੀਗਾ ਜੀ ਮੈਂ ਅਸਤੀਫਾ ਦੇ ਦੇਵਾਂਗਾ, ਫਿਰ ਇੱਥੋਂ ਤੱਕ ਗੱਲ ਕਿਉਂ ਪਹੁੰਚੀ? ਉਹਦੀ ਇਸ ਕਰਕੇ ਅਸਤੀਫੇ ਦੀ ਗੱਲ ਕਿਉਂ ਪਹੁੰਚੀ? ਉਹਦੀ ਇਸ ਕਰਕੇ ਕਿ 28 ਨੂੰ ਹੀ ਇਹਨਾਂ ਨੇ ਸੈਸ਼ਨ ਤੋਂ ਬਾਅਦ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ, SIT ਬਣ ਗਈ ਜੀ, ਬਸ ਹੁਣ ਤਾਂ SIT ਕਰੂਗੀ, SIT ਕਰੂਗੀ। ਜਦੋਂ ਮੈਨੂੰ ਪਤਾ ਸੀ ਕਿ SIT ਕਰੂਗੀ, ਉਹ ਗੱਲ ਨਹੀਂ ਹੈ, SIT ਕਰੂਗੀ ਤਾਂ ਨਵੇਂ ਸਿਰੇ ਤੋਂ ਜਾਂਚ ਹੋਗੀ। ਰਣਜੀਤ ਸਿੰਘ ਦੀ ਕਮਿਸ਼ਨ ਤੋਂ ਪੂਰੀ ਨਕਾਰੀ ਗਈ ਰਿਪੋਰਟ, ਤਾਂ ਇਹਦਾ ਨਵੇਂ ਸਿਰੇ ਤੋਂ ਜਾਂਚ ਹੋਗੀ। SIT ਦੀ ਆਪਣੀ ਮਰਜ਼ੀ ਆ, ਉਹ ਸੈਨੀ ਅਤੇ ਬਾਦਲ ਦੇ ਖਿਲਾਫ਼ ਕਰੇ ਜਾਂ ਨਾ ਕਰੇ, ਪੂਰੀ SIT ਦੀ ਮਰਜ਼ੀ ਹੈ, ਤਾਂ ਕੱਲ੍ਹ ਨੂੰ ਨਾ ਕਰੇ। ਤਾਂ ਇਸ ਕਰਕੇ ਮੈਂ ਉਦੋਂ ਰੌਲਾ ਪਾਇਆ, 28 ਨੂੰ ਬਾਹਰ ਆ ਕੇ ਮੀਡੀਆ ਕੋਲ ਮੈਂ ਇਕੱਲਾ ਹੀ ਸੀ ਰੌਲਾ ਪਾਉਣ ਵਾਲਾ। ਉਸ ਤੋਂ ਬਾਅਦ 29 ਅਤੇ 30 ਦੋ ਦਿਨ ਇਹ ਕਾਂਗਰਸ ਵਾਲਿਆਂ ਨੇ, ਦੇਖੋ ਅਕਾਲੀ ਤਾਂ ਚਾਹੁੰਦੇ ਸੀ ਕੋਈ ਐਕਸ਼ਨ ਨਾ ਹੋਵੇ, ਕਾਂਗਰਸ ਵਾਲਿਆਂ ਨੇ ਵੀ ਇਹ ਜੀ ਵਧਾਈ ਹੋਵੇ ਜੀ ਤਾਂ ਹੋ ਗਿਆ ਜੀ, ਬਸ ਹੁਣ ਹੁਣ 3-4-5 ਮਹੀਨੇ ਤਾਂ ਲੱਗਣਗੇ ਨਾ, ਤੁਸੀਂ ਕੱਢ ਦਿਓ ਅਖਬਾਰ। ਇਹਨਾਂ ਨੇ 3-4-5 ਮਹੀਨੇ ਤਾਂ ਇਹ ਹੁਣ ਲੱਗਣਗੇ ਨਾ, CBI ਤੋਂ ਕੇਸ ਵਾਪਸ ਆਉਣੇ ਆ, ਅਤੇ CBI ਤੋਂ ਕੇਸ ਵਾਪਸ ਆ ਕੇ ਫਿਰ ਕਾਰਵਾਈ ਹੋਣੀ ਆ। ਮਤਲਬ ਕਿ 3-4-5 ਮਹੀਨੇ ਇਹਨੂੰ ਟਪਾ ਦਿਓ, ਠੰਡੇ ਵਾਸਤੇ ਛਪਾ ਦਿਓ। ਉਦੋਂ ਇਹ ਵੀ ਹੋਣ ਲੱਗ ਗਿਆ ਕਿ ਬਰਗਾੜੀ ਦਾ ਮੋਰਚਾ ਵੀ ਚੁੱਕ ਦਿਓ, ਤੁਸੀਂ ਅਖਬਾਰਾਂ 'ਚ ਪੜ੍ਹ ਦਿਓ। ਇਹ ਜਿਹੜੇ ਅੱਧੇ ਕੁ ਪ੍ਰਬੰਧਕਾਂ ਨੇ ਕਿਹਾ ਸੀ, ਬਸ ਜੀ ਹੁਣ ਤਾਂ ਸਾਡੀ ਮੰਗ ਮੰਗੀ ਗਈ, ਕੱਲ੍ਹ ਨੂੰ ਅਸੀਂ ਜਾ ਕੇ ਕਹਿੰਦੇ ਹਾਂ ਜਿਹੜੇ ਮੀਟਿੰਗ ਆ, ਅਤੇ ਅਸੀਂ ਮੋਰਚਾ ਚੁੱਕ ਦਿਆਂਗੇ। ਮਤਲਬ ਕਿ ਇਹ ਬਿਲਕੁਲ ਸਾਰਾ ਕੁਛ ਖਤਮ ਕਰਕੇ, ਉਸ ਟਾਈਮ ਦੇ ਉੱਤੇ ਮੈਂ ਬੜਾ ਰੌਲਾ ਪਾ ਰਿਹਾ ਸੀ, ਮੇਰੀ ਗੱਲ ਨਹੀਂ ਸੀ ਸੁਣੀ ਜਾ ਰਹੀ ਬਿਲਕੁਲ, ਕਿਉਂਕਿ ਮੈਂ ਇਕੱਲਾ ਹੀ ਸੀ, ਸਾਰੇ ਕਹਿੰਦੇ ਸੀ ਇਹਨੂੰ ਕੀ ਹੋਇਆ। ਉਸ ਟਾਈਮ ਦੇ ਉੱਤੇ ਮੈਨੂੰ ਕੋਈ ਵੱਡਾ ਕਦਮ ਲੈਣਾ ਪਿਆ ਤਾਂ ਕਿ ਮੇਰੀ ਗੱਲ ਸੁਣੀ ਜਾਵੇ। ਤਾਂ ਉਦੋਂ ਮੈਂ 1 ਸਤੰਬਰ ਨੂੰ ਪ੍ਰੈਸ ਕਾਨਫਰੰਸ ਕਰਕੇ ਮੈਂ ਸਾਰੀਆਂ ਗੱਲਾਂ ਜੋ ਮੈਂ ਤੁਹਾਨੂੰ ਦੱਸੀਆਂ, ਇਹ ਸਾਰੀਆਂ ਗੱਲਾਂ ਮੈਂ ਕਲੀਅਰ ਕੀਤੀਆਂ, ਕਲੀਅਰ ਕਰਕੇ ਕਿਹਾ ਕਿ ਇਹ ਬਿਲਕੁਲ ਇਹਨੂੰ ਠੰਡੇ ਵਾਸਤੇ 'ਚ ਪਾਉਣਾ ਚਾਹੁੰਦੇ ਆ, ਇਹ ਖਤਮ ਕਰਨਾ ਚਾਹੁੰਦੇ ਆ, ਕੋਈ ਐਕਸ਼ਨ ਨਹੀਂ ਲੈਣਾ ਚਾਹੁੰਦੇ। ਇਸ ਕਰਕੇ ਇਹ 5 ਦੇ 5 ਮੰਤਰੀ ਜੋ ਇਹਨਾਂ ਨੇ ਵਿਧਾਨ ਸਭਾ 'ਚ ਕਿਹਾ ਜਾਂ ਤਾਂ ਕਰਾਉਣ, 15 ਦਿਨ ਦਾ ਟਾਈਮ ਦੇਣਾ, ਜੋ ਨਹੀਂ ਕਰਵਾ ਸਕਦੇ ਉਹ ਅਸਤੀਫਾ ਦੇਣ, ਅਤੇ ਮੈਂ ਸਿਰਫ ਅਸਤੀਫਾ ਮੰਗਦਾ ਨਹੀਂ, ਮੈਂ ਵੀ ਨਾਲ ਦਊਂਗਾ। ਅੱਛਾ, 16 ਨੂੰ ਤੁਸੀਂ ਅਸਤੀਫਾ ਦੇਣਾ ਸੀ, ਮੈਂ ਉੱਥੇ ਅਸਤੀਫਾ ਤੁਸੀਂ ਦਿੱਤਾ ਨਹੀਂ, ਮੈਂ ਤੁਸੀਂ ਹੋਰ ਟਾਈਮ ਕਿਉਂ ਦਿੱਤਾ? ਮੈਂ ਤੁਹਾਨੂੰ ਜਦੋਂ ਮੈਂ ਇਹ ਗੱਲ ਕਹੀ ਅਤੇ ਇੱਕਦਮ ਉਦੋਂ ਬਾਅਦ ਮੈਨੂੰ 3 ਪ੍ਰੈਸ ਕਾਨਫਰੰਸਾਂ ਕਰਨੀਆਂ ਪਈਆਂ ਇਹ ਮੀਡੀਆ ਨੂੰ ਵੀ ਸਮਝਾਉਣ ਵਾਸਤੇ। ਮੀਡੀਆ ਕਹਿੰਦੇ ਸੀ ਇਹ ਤਾਂ 15 ਦਿਨ ਦਾ ਕੀ ਹੋਇਆ, ਇਹ ਤਾਂ CBI ਤੋਂ ਵਾਪਸ ਆਉਂਦੇ ਆ। ਉਹ ਮੈਂ ਜਦੋਂ ਉਹਨਾਂ ਨੂੰ ਵਾਰੀ ਵਾਰੀ ਕਹੀ ਗਿਆ, ਜਿਹੜੇ ਗੋਲੀ ਕਾਂਡ ਦੇ ਕੇਸ ਉਹ ਤਾਂ CBI ਕੋਲ ਗਏ ਹੀ ਨਹੀਂ, ਇਹ 3 ਪ੍ਰੈਸ ਕਾਨਫਰੰਸਾਂ ਤੋਂ ਬਾਅਦ ਜਾ ਕੇ ਕਲੀਅਰ ਹੋਇਆ। ਇਹ ਗੋਲੀ ਕਾਂਡ ਵਾਲੇ ਕੇਸ ਮੈਂ ਚਾਹੁੰਦਾ ਆਪਾਂ ਇਸ ਪ੍ਰੋਗਰਾਮ 'ਚ ਵੀ ਦੱਸੀ, ਕਿਹੜਾ ਕਿਹੜਾ ਕੇਸ CBI ਕੋਲ ਨਹੀਂ ਸੀਗਾ? CBI ਕੋਲ ਜਿਹੜਾ ਸੀਗਾ ਕੋਟਕਪੂਰਾ ਦੇ ਵਿੱਚ ਜਿਹੜੀ ਫਾਇਰਿੰਗ ਹੋਈ ਅਤੇ ਨਾਲ ਉੱਥੇ ਇਹਨਾਂ ਨੇ ਲੋਕਾਂ ਨੂੰ ਉਠਾਇਆ ਗਿਆ ਸੀ, ਲਾਠੀ ਚਾਰਜ ਕੀਤਾ, ਉਹ ਵੀ ਕੇਸ CBI ਕੋਲ ਨਹੀਂ ਗਿਆ। ਦੂਜਾ ਕੇਸ ਜਿਹੜਾ ਸੀਗਾ ਬਾਜੇਖਾਨੇ ਦਾ, ਬਾਜੇਖਾਨ ਥਾਣੇ 'ਚ ਰਜਿਸਟਰ ਸੀਗਾ ਬਹਿਬਲ ਕਲਾਂ ਦਾ, ਜੋ ਬਹਿਬਲ ਕਲਾਂ ਗੋਲੀ ਚਲਾ ਕੇ ਦੋਵਾਂ ਨੂੰ ਮਾਰਿਆ। ਇਹ ਦੋਨੋਂ ਕੇਸ ਇਹ CBI ਕੋਲ ਗਿਆ ਹੀ ਨਹੀਂ ਸੀ, ਪੰਜਾਬ ਪੁਲਿਸ ਕੋਲ ਸੀਗੇ। ਤਾਂ ਇਸ ਕਰਕੇ ਇਹਨਾਂ 'ਤੇ ਟਾਈਮ ਲੱਗਣ ਦਾ ਮਤਲਬ ਨਹੀਂ ਸੀ। ਇਹ ਮੈਂ 3 ਪ੍ਰੈਸ ਕਾਨਫਰੰਸਾਂ ਕਰਕੇ ਮੈਨੂੰ ਇਹ ਵਾਰੀ ਕਰਕੇ ਸਮਝਾਉਣਾ ਪਿਆ ਇਹ ਵਾਲੀ ਗੱਲ। ਹੁਣ ਤੁਸੀਂ ਉਹ 1 ਸਤੰਬਰ ਦੀ ਗੱਲ ਦੇਖੋ। ਅੱਛਾ, ਜੇ 1 ਮਿੰਟ ਫੁਲਕਾ ਸਾਹਿਬ ਮੈਨੂੰ ਕਲੀਅਰ ਕਰਿਓ, ਇੱਥੇ 3 ਕੇਸਾਂ ਦਾ ਮਤਲਬ ਇਹ ਹੋ ਗਿਆ ਕਿ ਇੱਕ ਤਾਂ ਉਹ ਕੇਸ ਹੋ ਗਿਆ ਜਿਹਦੇ ਨਾਲ ਆਪਾਂ ਬੇਅਦਬੀ ਨੂੰ ਜੋੜਦੇ ਹਾਂ ਕਿ ਬੇਅਦਬੀ ਵਾਲਾ ਕੇਸ, ਉਹ ਬੇਅਦਬੀ ਵਾਲੇ 2 ਕੇਸ ਆ, ਇੱਕ ਬੁਰਜ ਜਵਾਹਰ ਸਿੰਘ ਵਾਲਾ ਜੀ ਜਿੱਥੇ ਵੀਰ ਸਾਹਿਬ ਚੋਰੀ ਹੋਏ, ਦੂਜਾ ਬਰਗਾੜੀ ਜਿੱਥੇ ਕਿ ਵੀਰ ਸਾਹਿਬ ਦੇ ਪੱਤਰੇ ਰੋਲੇ ਜੀ, ਉਹ ਕੇਸ ਨੇ, ਉਹ CBI ਕੋਲ, ਉਹ ਜਿਹੜੇ ਕੇਸ ਆ ਉਹ CBI ਕੋਲ ਬਾਦਲ ਸਰਕਾਰ ਨੇ ਭੇਜੇ ਸੀ, ਉਹ CBI ਕੋਲ ਆ, ਜਿਹ 2.5 ਸਾਲ ਤੋਂ CBI ਨੇ ਕੁਛ ਕੀਤਾ ਨਹੀਂ ਸੀ। ਉਹਦੇ 'ਚ ਵੀ ਫਿਰ ਰਿਹਾ ਵੀ ਜੇ ਤੁਸੀਂ ਇਸ ਕੇਸ ਵਾਪਸ ਨਹੀਂ ਮੰਗਾ ਸਕਦੇ, ਉਹਦੇ 'ਚ ਮੈਂ ਕਿਹਾ ਕਿ ਬਿਲਕੁਲ ਮੰਗਾ ਸਕਦੇ ਆ, 100% ਪੰਜਾਬ ਸਰਕਾਰ ਮੰਗਾ ਸਕਦੀ ਹੈ, ਕਿਉਂਕਿ CBI ਨੇ ਕੁਛ ਕੀਤਾ ਨਹੀਂ, ਵੈਲਡ ਰੀਜ਼ਨ ਆ। ਉਹ ਗੱਲ ਲੰਬੀ ਆ, ਉਹ ਮੇਰੀਆਂ ਤੁਸੀਂ ਉਦੋਂ ਦੀਆਂ ਪ੍ਰੈਸ ਰਿਲੀਜ਼ ਦੇਖ ਲਓ, ਪ੍ਰੈਸ ਰਿਲੀਜ਼ 'ਚ ਮੈਂ ਸਾਰੀ ਸਿਚੁਏਸ਼ਨ ਕਲੈਰੀਫਾਈ ਕੀਤੀ ਹੈ, ਹਰ ਮੈਂ ਰੋਜ਼ ਪ੍ਰੈਸ ਰਿਲੀਜ਼ ਦਿੰਦਾ ਰਿਹਾ, ਪਰ ਉਹ ਇੰਨਾ ਦਾ ਇੰਨਾ ਕੁ ਦਬਾਅ ਸੀ ਸਾਰਿਆਂ ਦਾ, ਕੋਈ ਮੈਂ ਇਕੱਲਾ ਹੀ ਸੀ ਬੋਲਣ ਵਾਲਾ, ਇਕੱਲਾ ਸੀ ਬੋਲਣ ਵਾਲਾ, ਉਹ ਪ੍ਰੈਸ ਰਿਲੀਜ਼ਾਂ ਕੋਈ ਬਹੁਤੀਆਂ ਚੁੱਕੀਆਂ ਨਹੀਂ ਜਾ ਰਹੀਆਂ, ਮੇਰੀ ਗੱਲ ਸੁਣੀ ਜਾ ਰਹੀ। ਉਸ ਟਾਈਮ ਦੇ ਉੱਤੇ ਮੈਂ ਇਹਨੂੰ ਕੋਈ ਵੱਡਾ ਕਦਮ ਲੈਣਾ ਪੈਣਾ ਸੀ, ਉਹ ਵੱਡਾ ਕਦਮ ਮੈਂ ਇਹੀ ਲਿਆ ਕਿ 5 ਮੰਤਰੀਆਂ ਦੇ ਨਾਲ ਜਾਂ ਤਾਂ ਇਹ ਕਰਾਉਣ 15 ਦਿਨ ਦੇ ਵਿੱਚ, ਮੈਂ ਕਿਹਾ ਸੀ ਕੇਸ ਸ਼ੁਰੂ ਕਰਾਓ ਸੈਨੀ ਅਤੇ ਬਾਦਲ ਦੇ ਖਿਲਾਫ਼ ਸ਼ੁਰੂ ਕਰਾਓ, ਜੇ ਤੁਸੀਂ ਸ਼ੁਰੂ ਨਹੀਂ ਕਰਾਉਂਦੇ 15 ਦਿਨਾਂ 'ਚ ਤਾਂ ਮੈਂ ਤੁਸੀਂ ਅਸਤੀਫਾ ਦਿਓ ਅਤੇ ਮੈਂ ਵੀ ਅਸਤੀਫਾ ਦਊਂ। ਉਦੋਂ ਸੀਗਾ 16 ਜਿਹੜਾ ਸਤੰਬਰ ਨੂੰ ਅਸਤੀਫੇ ਦੇਣ ਦੀ ਗੱਲ, ਉਸ ਤੋਂ ਮਗਰੋਂ ਕੀ ਹੋਇਆ
ਕਿ ਇਹਨਾਂ ਨੇ ਕਿਹਾ ਜੀ 15 ਦਿਨ ਦਾ ਟਾਈਮ ਤਾਂ ਬਹੁਤ ਘੱਟ ਆ, ਇਹ ਕਾਹਲੀ ਕੋ ਕਰਦੇ ਆ, ਜਲਦੀ ਕੋ ਕਰਦੇ ਆ, 15 ਦਿਨ ਦਾ ਟਾਈਮ ਬਹੁਤ ਘੱਟ ਆ। ਉਧਰੋਂ 13 ਸਤੰਬਰ ਨੂੰ ਹਾਈਕੋਰਟ ਦੀ ਸਟੇ ਆ ਗਈ ਜੀ, ਹਾਈਕੋਰਟ ਦੀ ਸਟੇ। ਅਤੇ ਇੱਕ ਵਕੀਲ ਹੋਣ ਦੇ ਨਾਤੇ ਮੈਨੂੰ ਵੀ ਸੀਗਾ ਕਿ ਜੇ ਹਾਈਕੋਰਟ ਦੀ ਸਟੇ ਆ ਗਈ ਤਾਂ ਫਿਰ ਮੈਂ ਅਜੇ ਵੀ ਜ਼ੋਰ ਦੇ ਜਾਵਾਂ, ਉਹ ਠੀਕ ਨਹੀਂ। ਤਾਂ ਕਰਕੇ ਮੈਂ ਉਹਨੂੰ ਆਪਣੇ ਅਸਤੀਫੇ ਨੂੰ ਪਿੱਛੇ ਪਾਇਆ। ਮੈਂ ਕਿਹਾ ਜੀ ਮੈਂ 20 ਤਰੀਕ, ਅਗਲੀ ਤਰੀਕ ਆ 20 ਤੱਕ ਵੇਟ ਉਡੀਕੂੰਗਾ। ਅਗਲੀ 20 ਤਰੀਕ ਨੂੰ 11 ਅਕਤੂਬਰ 'ਤੇ ਚਲੀ ਗਈ। ਫਿਰ ਮੈਂ ਕਿਹਾ ਜੀ ਮੈਂ 11 ਅਕਤੂਬਰ ਤੱਕ ਉਡੀਕੂੰਗਾ। ਹੁਣ 11 ਅਕਤੂਬਰ ਨੂੰ ਹਾਈਕੋਰਟ ਨੇ ਕਲੀਅਰ ਕਰਤਾ ਕਿ ਉਹ ਸਟੇ ਸਿਰਫ ਉਹ 4 ਅਫਸਰਾਂ ਦੇ ਖਿਲਾਫ ਆ, ਸੈਨੀ ਦੇ ਖਿਲਾਫ ਕੋਈ ਸਟੇ ਨਹੀਂ, ਬਾਦਲ ਦੇ ਖਿਲਾਫ ਕੋਈ ਸਟੇ ਨਹੀਂ। ਸੈਨੀ ਨੇ ਜੇ ਰਿੱਟ ਪਾਈ ਉਹ 'ਚ ਹਾਈਕੋਰਟ ਨੇ ਬਿਲਕੁਲ ਕਲੀਅਰ ਕਰਤਾ ਕਿ ਇਹਨੂੰ ਇੱਕ ਸਿਰਫ 7 ਦਿਨ ਦਾ ਨੋਟਿਸ ਦੇ ਦਿਓ, ਬਾਕੀ ਕੋਈ ਸਟੇ ਨਹੀਂ ਹੈ। ਈਵਨ ਗ੍ਰਿਫਤਾਰੀ ਦੇ ਖਿਲਾਫ ਵੀ ਸਟੇ ਨਹੀਂ, ਪਰ 7 ਦਿਨ ਦਾ ਨੋਟਿਸ ਦਿਓ, ਸਟੇ ਕੋਈ ਨਹੀਂ। ਜਦੋਂ 11 ਤਰੀਕ ਨੂੰ ਉਹਨਾਂ ਨੇ ਹਾਈਕੋਰਟ ਨੇ ਕਿਹਾ ਕਿ ਕੋਈ ਸਟੇ ਨਹੀਂ, ਤਾਂ ਫਿਰ ਉਦੋਂ ਮੈਂ 11 ਤਰੀਕ ਨੂੰ ਹੈ, ਕਿਉਂਕਿ ਉਦੋਂ ਤੱਕ ਬੜਾ ਕਾਫੀ ਜ਼ਿਆਦਾ ਆ ਚੁੱਕਿਆ ਸੀ ਜੀ ਕਿ ਇੱਕ ਅਰਦਾਸ ਕੀਤੀ ਸੀ, ਅਰਦਾਸ ਕਰਕੇ ਮੁੱਕਰ ਗਏ, ਅਰਦਾਸ ਕਰਕੇ ਮੁੱਕਰ ਗਏ, ਉਹ ਵੀ ਬਹੁਤ ਜ਼ਿਆਦਾ ਆ ਚੁੱਕਿਆ ਸੀ। ਦੂਜੀ ਗੱਲ, ਮੈਂ ਵੀ ਸਿਰਫ ਉਹਦੇ ਕਰਕੇ ਰੁਕਿਆ ਸੀ। ਤਾਂ ਉਸੇ ਦਿਨ ਮੈਂ 11 ਅਕਤੂਬਰ ਨੂੰ ਕਿਹਾ ਕਿ ਹੁਣ ਹਾਈਕੋਰਟ ਨੇ ਕਲੀਅਰ ਕਰਤਾ ਕਿ ਕੋਈ ਸਟੇ ਨਹੀਂ, ਅਤੇ ਹੁਣ ਮੈਂ ਇਹ ਆਪਣਾ ਅਸਤੀਫਾ ਦੇ ਰਿਹਾ। 12 ਤਰੀਕ ਨੂੰ ਮੈਂ ਆਪਣਾ ਅਸਤੀਫਾ ਦੇ ਦਿੱਤਾ। ਇਹ ਪੂਰੀ ਕਹਾਣੀ ਹੈ। ਅੱਛਾ ਫੂਲਕਾ ਸਾਹਿਬ, ਇਹ ਦੱਸੋ ਕਿ ਵੀ ਤੁਹਾਨੂੰ ਕੀ ਲੱਗਦਾ ਕਿ ਇਸ ਵਕਤ ਆਪਾਂ ਹੁਣ ਜਦੋਂ ਅੱਜ ਗੱਲ ਕਰ ਰਹੇ ਹਾਂ ਤਾਂ ਕਾਂਗਰਸ ਸਰਕਾਰ ਦੇ ਕੋਲ ਕਿਹੜੇ ਕਿਹੜੀਆਂ ਐਸੇ ਐਕਸ਼ਨ ਨੇ ਜਿਹੜੇ ਕੋ ਇਮੀਡੀਏਟ ਲੈ ਸਕਦੀ ਪਰ ਉਹ ਅਜੇ ਵੀ ਨਹੀਂ ਲੈ ਰਹੀ? ਦੇਖੋ, ਪਹਿਲੀ ਤਾਂ ਅਸੀਂ ਜਿਹੜੇ ਉਹ ਆਪਣਾ ਮਿਸ ਕਰਕੇ, ਬਹੁਤ ਵੱਡੇ ਮੌਕਾ ਸੀ ਸਾਡੇ ਕੋਲ ਜਿਹੜਾ ਅਸੀਂ ਮਿਸ ਕਰਕੇ ਜੀ, ਵਿਧਾਨ ਸਭਾ ਵਾਲਾ ਮੌਕਾ ਸੀ। ਉਦੋਂ ਮੈਨੂੰ ਇਹੋ ਹੀ ਆ, ਮੈਨੂੰ ਮਤਲਬ ਕਿ ਮੈਂ ਪੂਰਾ ਜ਼ੋਰ ਲਾ ਲਾ ਕੇ ਜੇ ਥੋੜ੍ਹੀ ਮੋਟੀ ਸੁਣੀ ਵੀ ਮੇਰੀ ਗਈ, ਉਸੇ ਕਰਕੇ ਸੁਣੀ ਗਈ ਜਦੋਂ ਮੈਂ ਅਸਤੀਫੇ ਦੀ ਗੱਲ ਕਹੀ। ਨਹੀਂ ਤਾਂ ਉਦੋਂ ਕੋਈ ਵੀ ਇਸ ਗੱਲ ਨੂੰ ਸਮਝਿਆ ਨਹੀਂ, ਕਿਉਂਕਿ ਕੋਈ ਪੋਲੀਟੀਕਲ ਲੀਡਰ, ਤੁਸੀਂ 1 ਸਤੰਬਰ ਦੀਆਂ ਅਖਬਾਰਾਂ ਚੁੱਕ ਲਓ, 1 ਤੋਂ 28 ਤਰੀਕ ਤੋਂ ਲੈ ਕੇ 7-8 ਸਤੰਬਰ ਤੱਕ ਦੀਆਂ ਅਖਬਾਰਾਂ ਚੁੱਕ ਲਓ, ਕੋਈ ਪੋਲੀਟੀਕਲ ਲੀਡਰ ਨਹੀਂ ਇਹ ਬੋਲਿਆ ਕਿ ਕਾਂਗਰਸ ਧੋਖਾ ਕਰ ਰਹੀ ਆ, ਕਾਂਗਰਸ ਨੇ ਇਹ ਨਹੀਂ ਕੀਤਾ, ਇਹ ਸਰਕਾਰ ਨਹੀਂ ਕਰ ਰਹੀ। ਉਹ ਮੌਕਾ ਸੀ ਉਸ ਟਾਈਮ ਦੇ ਉੱਤੇ, ਜੇਕਰ ਸਰਕਾਰ SIT ਨੂੰ ਜਦੋਂ ਇਹਨਾਂ ਨੇ ਕੌਂਸਟੀਚਿਊਟ ਕੀਤਾ, ਉਹਦੇ ਵਿੱਚ ਇਹਨਾਂ ਨੇ ਜਦੋਂ ਇਹ ਚਾਰਾਂ ਦੇ ਨਾਮ ਭੇਜੇ, 4 ਪੁਲਿਸ ਮੁਲਾਜ਼ਮਾਂ ਦੇ ਨਾਮ ਭੇਜੇ, ਉਹਦੇ 'ਚ ਮੌਕਾ ਸੀ ਕਿ ਬਾਦਲ ਅਤੇ ਸੈਨੀ ਦੇ ਖਿਲਾਫ਼ ਵੀ ਤੁਸੀਂ ਨਾਲ ਇਨਵੈਸਟੀਗੇਸ਼ਨ ਕਰੋ। ਉਹ ਜਿਹੜੀ ਮੈਂ ਤੁਹਾਨੂੰ ਟਾਈਟਲ 'ਤੇ ਵਾਲੀ ਗੱਲ ਕਹੀ ਆ, ਉਹਦੇ ਕਰਕੇ ਜੇਕਰ ਕੱਲ੍ਹ ਨੂੰ ਸਪੋਜ਼ ਕਰੋ SIT ਨੇ ਚੰਗੀ ਇਨਵੈਸਟੀਗੇਸ਼ਨ ਨਾ ਕਰਦੀ, SIT ਜਾ ਕੇ ਉਹਨਾਂ ਦੇ ਖਿਲਾਫ਼ ਨਾ ਕਾਰਵਾਈ ਕਰਦੀ, ਫਿਰ ਅਸੀਂ ਕੋਰਟ ਵਿੱਚ ਵੀ ਜਾ ਸਕਦੇ ਸੀ। ਆਹ ਦੇਖੋ ਜੀ, ਇਹ ਆਰਡਰ ਆ, ਇਹ ਮੁਲਜ਼ਮ ਆ, ਇਹਨਾਂ ਦੇ ਖਿਲਾਫ਼ ਕੇਸ ਆ, ਅਤੇ ਇਹ SIT ਕੇਸ ਕਲੋਜ਼ ਕਿਵੇਂ ਕਰ ਸਕਦੀ ਆ? ਉਹਦੇ 'ਚ ਜੋ ਪੀੜਤ ਨੇ ਉਹਨਾਂ ਦਾ ਹੱਕ ਬਣ ਜਾਂਦਾ ਸੀ, ਕੰਪਲੇਨੈਂਟ ਦਾ ਹੱਕ ਬਣ ਜਾਂਦਾ ਸੀ, ਉਹ ਸਾਰੇ ਹੱਕ ਮਿਲਣੇ ਸੀ। ਜਿਵੇਂ ਹੁਣ ਆ ਟਾਈਟਲ ਵਾਲੇ ਕੇਸ ਦੇ ਵਿੱਚ 3 ਵਾਰੀ ਅਸੀਂ CBI ਦੀ ਕਲੋਜ਼ ਰਿਪੋਰਟ ਰਿਜੈਕਟ ਕਰਾਤੀ, ਉਹ ਸਿਚੁਏਸ਼ਨ ਸਾਡੇ ਕੋਲ ਉਹਦੇ 'ਚ ਕਾਫੀ ਆ ਗਿਆ ਸੀ। ਹੁਣ ਉਹ ਜਿਹੜਾ ਮੌਕਾ ਸੀ ਉਹ ਹੱਥੋਂ ਗੁਆ ਚੁੱਕੇ ਆ। ਅੱਛਾ ਇੱਕ ਗੱਲ ਦੱਸੋ ਫੂਲਕਾ ਸਾਹਿਬ, ਜੇ ਮੰਨ ਲਓ ਤੁਹਾਡੇ ਹੱਥ 'ਚ ਸੱਤਾ ਹੁੰਦੀ, ਉਸ ਦਿਨ ਵਿਧਾਨ ਸਭਾ ਦੇ ਵਿੱਚ ਕੈਪਟਨ ਸਾਹਿਬ ਦੀ ਕੁਰਸੀ 'ਤੇ ਤੁਸੀਂ ਬੈਠੇ ਹੁੰਦੇ, ਤੁਹਾਡੇ ਕੋਲ ਉਹ ਰਿਪੋਰਟ ਆਉਂਦੀ, ਤਾਂ ਫਿਰ ਤੁਹਾਡੇ ਹਿਸਾਬ ਨਾਲ ਕਿਹੜਾ ਕਿਹੜਾ ਐਕਸ਼ਨ ਇਮੀਡੀਏਟਲੀ ਕਰਨਾ ਚਾਹੀਦਾ? ਪਹਿਲੀ ਗੱਲ ਤਾਂ ਵਿਧਾਨ ਸਭਾ ਦੇ ਵਿੱਚ ਮੰਤਰੀ ਸਿਰਫ ਉਹ ਬੋਲੇ ਜੋ ਸਰਕਾਰ ਦਾ ਫੈਸਲਾ। ਸਭ ਤੋਂ ਪਹਿਲਾਂ ਜਦੋਂ ਮੰਤਰੀ ਮੰਡਲ ਦੀ ਮੀਟਿੰਗ ਕਰਕੇ ਆ ਕੇ ਵਿਧਾਨ ਸਭਾ 'ਚ ਬੋਲਦੇ ਆ, ਤਾਂ ਉਹ ਸਰਕਾਰ ਦਾ ਫੈਸਲਾ ਕਨਵੇ ਕਰਦੇ ਆ। ਇਹ ਬਿਲਕੁਲ ਪੂਰੀ ਤਰ੍ਹਾਂ ਇਹ ਤੁਹੀਨ ਆ ਸਦਨ ਦੀ ਕਿ ਕੈਬਨਿਟ 'ਤੇ ਤੁਸੀਂ ਫੈਸਲਾ ਕੁਛ ਹੋਰ ਲਿਆ ਅਤੇ ਉੱਥੇ ਤੁਸੀਂ ਕੁਛ ਹੋਰ ਬੋਲ ਰਹੇ ਹੋ। ਮੈਂ ਇਹੀ ਚੀਜ਼ ਸਪੀਕਰ ਨੂੰ ਆਪਣੇ ਅਸਤੀਫੇ ਦੇ ਵਿੱਚ ਲਿਖੀ ਆ ਕਿ ਬਿਲਕੁਲ ਸਦਨ ਦੀ ਤੁਹੀਨ ਆ। ਪਰ ਮੈਨੂੰ ਪਤਾ ਸਪੀਕਰ ਨੂੰ, ਮੈਂ ਕਿਹਾ ਤੁਸੀਂ ਐਕਸ਼ਨ ਨਹੀਂ ਲਓਗੇ, ਪਹਿਲੀ ਗੱਲ। ਦੂਜੀ ਗੱਲ, ਜਦੋਂ ਇਹ ਸਾਰਾ ਕੁਛ ਬੋਲਿਆ ਗਿਆ ਸੀ ਤਾਂ ਅਖੀਰ ਦੇ ਉੱਤੇ ਇਹ ਐਲਾਨ ਹੋਣਾ ਚਾਹੀਦਾ ਸੀ। ਜੇ ਤੁਸੀਂ ਕਿਹਾ ਮੁੱਖ ਮੰਤਰੀ ਵੱਲੋਂ ਐਲਾਨ ਹੋਣਾ ਚਾਹੀਦਾ ਸੀ ਕਿ ਅਸੀਂ SIT ਬਣਾ ਰਹੇ ਹਾਂ, ਅਤੇ SIT ਦੇ ਵਿੱਚ ਜੇ ਇਹ ਰਾਮ ਰਹੀਮ ਅਤੇ ਇਹ ਸੈਨੀ ਅਤੇ ਬਾਦਲ ਦੇ ਖਿਲਾਫ਼ ਵੀ ਇਨਵੈਸਟੀਗੇਸ਼ਨ ਹੋਣਗੀਆਂ। ਇਹ ਕਹਿਣਾ ਚਾਹੀਦਾ ਸੀ, ਇਹ ਜ਼ਰੂਰੀ ਸੀ। ਮੈਂ ਤੁਹਾਨੂੰ ਇਹ ਕਹਿ ਰਿਹਾ, ਤੁਸੀਂ ਉਹ ਨਹੀਂ ਕਿਹਾ, ਉਹ ਬਹੁਤ ਵੱਡਾ ਮੌਕਾ ਸੀ ਜੋ ਉਹ ਗੁਆ ਲਿਆ। ਹੁਣ ਜਿਹੜੀ ਗੱਲ ਰਹਿ ਗਈ ਇਸ ਟਾਈਮ ਗੱਲ ਰਹਿ ਗਈ SIT ਦੇ ਹੱਥ ਦੇ ਵਿੱਚ ਜੀ। ਹੁਣ SIT ਇਹ ਰਣਜੀਤ ਸਿੰਘ ਦੀ ਰਿਪੋਰਟ ਨੂੰ ਨਹੀਂ ਕਰ ਸਕਦੀ। ਮਤਲਬ ਰਣਜੀਤ ਸਿੰਘ ਦੀ ਰਿਪੋਰਟ ਇੰਨਾ ਚਿਰ ਬਾਅਦ ਆਈ ਸੀ, ਰਣਜੀਤ ਸਿੰਘ ਦੀ ਰਿਪੋਰਟ ਤਾਂ ਬਿਲਕੁਲ ਸਮਝੋ ਖਤਮ ਕਰਕੇ ਇਹਨਾਂ ਸੁੱਟਤੀ ਆ। ਅੱਛਾ ਜੀ, ਸੁੱਟ ਦਿੱਤੀ ਆ। SIT ਨੇ ਹੁਣ ਆਪਣੇ ਲੈਵਲ ਦੇ ਉੱਤੇ ਚੱਲਣਾ, ਉਹਨਾਂ ਦੇਖਿਆ, ਉਹਨਾਂ ਜਾਂਚ ਜਿਹੜੀ ਸ਼ੁਰੂ ਕੀਤੀ ਹੈ, ਠੀਕ ਹੈ, ਪਹਿਲਾਂ ਅਦਰ ਵੈਸੇ ਵੀ ਉਹਨਾਂ ਜਾਂਚ ਕਰਨੀ ਸੀ। SIT ਨੇ ਹੁਣ ਆਪਣੇ ਲੈਵਲ 'ਤੇ ਜਾਂਚ ਕਰਨੀ ਹੈ, ਆਪਣੇ ਲੈਵਲ 'ਤੇ ਜਾਂਚ ਕਰਕੇ ਉਹ 1.5 ਸਾਲ ਲਾ ਕੇ ਰਣਜੀਤ ਸਿੰਘ ਪਹੁੰਚਿਆ ਸੀ, ਜਸਟਿਸ ਰਣਜੀਤ ਸਿੰਘ 1.5 ਸਾਲ ਤੋਂ ਬਾਅਦ ਪਹੁੰਚਿਆ ਸੀ। ਇਹ ਤਾਂ ਜੀ 22 ਵਾਰੀ ਗੱਲਾਂ ਹੋਈਆਂ, ਇਹ ਤਾਂ ਇਹਨਾਂ ਨੇ ਜਿਹੜਾ ਕੀਤੀ ਆ, ਇਹ ਰਾਤ ਨੂੰ 2 ਵਜੇ ਮੁੱਖ ਮੰਤਰੀ ਨੂੰ ਉਠਾਇਆ, 1.5 ਸਾਲ ਤੋਂ ਬਾਅਦ
ਹੁਣ ਐਸਆਈਟੀ ਕਿੰਨਾ ਟਾਈਮ ਲਾਉਂਦੀ ਹੈ ਉੱਥੇ ਤੱਕ ਪਹੁੰਚਣ 'ਚ? ਹੁਣ ਔਰ ਐਸਆਈਟੀ ਨੂੰ ਕਿਵੇਂ ਆਰਡਰ ਕਰਦੇ ਆ, ਕਿਸ ਤਰ੍ਹਾਂ ਕਰਦੇ ਆ? ਬਲਕਿ ਇਹ ਹੁਣ ਸਰਦਾ ਸਾਰਾ ਸਰਕਾਰ ਦੇ ਉੱਤੇ ਮਿਹਨਤ ਅੰਦਰਲੀਆਂ ਗੱਲ ਦਾ ਪਤਾ ਨਹੀਂ, ਇਹ ਸਰਕਾਰ ਦੀ ਮਨਸਾ 'ਤੇ ਆ ਹੁਣ ਕਿ ਸਰਕਾਰ ਹੁਣ ਕੀ ਕਰਨਾ ਚਾਹੁੰਦੀ ਹੈ, ਇਹ ਵਾਲੀ ਗੱਲ। ਅਤੇ ਇਹ ਇੱਕ ਮੌਕਾ ਤਾਂ ਬਹੁਤ ਵੱਡਾ ਜਿਹੜਾ ਹੱਥੋਂ ਗੁਆਇਆ, ਜਾਂ ਮੈਨੂੰ ਐਜ਼ ਏ ਵਕੀਲ ਹੋਣ ਦੇ ਤੌਰ 'ਤੇ ਮੈਨੂੰ ਪਤਾ ਇਹ ਕਿ ਉਹ ਕਿੱਡੀ ਵੱਡਾ ਮੌਕਾ ਜਿਹੜਾ ਹੱਥੋਂ ਗੁਆਇਆ। ਬਾਕੀ ਜਿਹੜੀਆਂ ਇਹ ਹੁਣ ਉਸ ਤੋਂ ਮਗਰੋਂ ਐਸਆਈਟੀ ਨੂੰ ਵੀ ਇਹਨਾਂ ਨੇ ਕਦੋਂ ਕੀਤਾ? ਦੇਖੋ, ਜਿਸ ਦਿਨ ਮੈਂ 11 ਅਕਤੂਬਰ ਨੂੰ ਮੈਂ ਕਿਹਾ ਕਿ ਮੈਂ ਆਪਣਾ ਅਸਤੀਫਾ ਦੇ ਰਿਹਾ, ਉਸ ਤੋਂ ਬਾਅਦ ਇਹ ਗੱਲ ਬਚ 12 ਨੂੰ ਐਸਆਈਟੀ ਦੀ ਜਾਂਚ ਸ਼ੁਰੂ ਹੁੰਦੀ। ਮੈਂ ਸਮਝ ਗਿਆ, ਮੈਂ 12 ਨੂੰ ਐਸਆਈਟੀ ਦੀ ਜਾਂਚ ਸ਼ੁਰੂ ਹੁੰਦੀ ਹੈ। ਜੇ ਹੁਣ ਮੈਂ ਤੁਹਾਨੂੰ ਇੱਕ ਗੱਲ ਦੱਸਦੇ ਹਾਂ, ਮੈਨੂੰ ਕੀ ਲੱਗਦਾ, ਮੈਂ ਮੇਰੇ ਆਪਣੇ ਕਿ ਜੇ ਮੇਰੇ ਅਸਤੀਫੇ ਦਾ ਡਰਨਾ ਹੁੰਦਾ ਇਹ ਮੁੱਦਾ, ਇਹਨਾਂ ਨੇ ਕਦੋਂ ਦਾ ਕਦੋਂ ਖਤਮ ਕੀਤਾ ਹੁੰਦਾ? ਲੋਕਾਂ ਨੂੰ ਕਿਹਾ ਹੁੰਦਾ ਸੀਬੀਆਈ ਤੋਂ ਕੇਸ ਆਉਣਗੇ, 4 ਮਹੀਨੇ ਲੱਗਣਗੇ, 5 ਮਹੀਨੇ ਲੱਗਣਗੇ, ਇਹਨਾਂ ਦਾ ਸਿਰਫ ਅਤੇ ਸਿਰਫ ਇਹ ਜਿਤਨਾ ਚਾਹੁੰਦੇ ਸੀ ਇਹ ਲੋਕ ਸਭਾ ਦੀਆਂ ਚੋਣਾਂ, ਲੋਕ ਸਭਾ ਦੀਆਂ ਚੋਣਾਂ ਇਹਨਾਂ ਲੈ ਜਾਣੀਆਂ ਸੀ, ਉਸ ਤੋਂ ਬਾਅਦ ਦੇਖਣਾ ਸੀ ਕੀ ਹੈ ਅਤੇ ਕੀ ਹੈ। ਮੈਂ ਸਮਝ ਗਿਆ ਜੀ। ਮੈਂ ਦੱਸਦਾ ਆਪਣੇ ਦਰਸ਼ਕਾਂ ਨੂੰ ਕਿ ਤੁਸੀਂ ਇਸ ਵਕਤ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ ਅਤੇ ਪ੍ਰਾਈਮ ਫੋਕਸ ਦੇ ਵਿੱਚ ਖਾਸ ਪੇਸ਼ਕਸ਼, ਜਿਹਦੇ ਵਿੱਚ ਐਚ ਐਸ ਫੂਲਕਾ ਸਾਹਿਬ ਦੇ ਨਾਲ ਇਹ ਸਾਰੇ ਕੁਝ ਮੈਟਰ ਨੂੰ ਅਸੀਂ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ, ਤਾਂ ਜੋ ਆਪ ਜੀ ਦੀ ਕਚਹਿਰੀ 'ਚ ਵੀ ਰੱਖਿਆ ਜਾ ਸਕੇ ਕਿ ਸਟੇਟਸ ਅਸਲੀ ਕੀ ਹੈ, ਅਤੇ 2015 ਤੋਂ ਲੈ ਕੇ ਹੁਣ ਤੱਕ ਵਾਪਰਿਆ ਕੀ ਹੋਣਾ ਕੀ ਚਾਹੀਦਾ ਸੀ, ਅਤੇ ਹੁਣ ਇਹਦਾ ਅੰਦਾਜ਼ਾ ਜੋ ਕੁਛ ਹੈ ਉਹ ਤੁਸੀਂ ਆਪ ਲਾ ਸਕਦੇ ਹੋ ਕਿ ਕੌਣ ਸਹੀ ਹੈ ਅਤੇ ਕੌਣ ਗਲਤ ਹੈ। ਫੂਲਕਾ ਸਾਹਿਬ, ਇੱਥੇ ਇੱਕ ਮੈਨੂੰ ਘੁੰਡੀ ਹੋਰ ਸਮਝਾਓ। ਸਪੀਕਰ ਸਾਹਿਬ ਰਾਣਾ ਕੇ ਪੀ ਸਿੰਘ ਹੋਰਾਂ ਦਾ ਹੁਣ ਵੀ ਬਿਆਨ ਆਇਆ, ਉਹ ਕਹਿੰਦੇ ਕਿ ਜੋ ਵੀ ਅਸਤੀਫਾ ਭੇਜਿਆ ਗਿਆ ਜੀ ਉਹ ਸ਼ਿਕਾਇਤ ਜ਼ਿਆਦਾ ਲੱਗਦੀ ਹੈ ਅਤੇ ਅਸਤੀਫਾ ਘੱਟ ਲੱਗਦਾ, ਇਸ ਕਰਕੇ ਉਹਨਾਂ ਨੇ ਮੇਰਾ ਖਿਆਲ ਉਸ ਤੋਂ ਬਾਅਦ ਵੀ ਕਿਹਾ ਕਿ ਅਜੇ ਤੱਕ ਉਹ ਅਸਤੀਫਾ ਮਨਜ਼ੂਰ ਨਹੀਂ ਕੀਤਾ ਜਾਂਦਾ। ਫਿਰ ਉਹਦੇ ਵਿੱਚ ਇੱਕ ਦੂਸਰੀ ਧਿਰ ਆਉਂਦੀ ਹੈ ਜਿਹਦੇ ਵਿੱਚ ਸਰਦਾਰ ਸੁਖਪਾਲ ਸਿੰਘ ਖਹਿਰਾ ਸਾਹਿਬ ਦਾ ਤੁਹਾਡਾ ਅਸਤੀਫਾ ਦੇਣ ਦੇ ਨਾਲ ਦੀ ਨਾਲ ਹੀ ਉਹਨਾਂ ਨੇ ਬਿਆਨ ਦਿੱਤਾ ਸੀ, ਆਹ ਤਾਂ ਇਹਨਾਂ ਨੇ ਜੀ ਐਵੇਂ ਬਿਆਨ ਦਿੱਤਾ ਜੀ, ਆਹ ਇਹਨਾਂ ਨੂੰ ਚਾਹੀਦਾ ਨਹੀਂ ਸੀ ਕਰਨਾ, ਇਸ ਤਰ੍ਹਾਂ ਥੋੜ੍ਹਾ ਹੁੰਦਾ, ਹੁਣ ਤਾਂ ਫੂਲਕਾ ਸਾਹਿਬ ਬਾਹਰ ਹੋ ਜਾਣਗੇ, ਅੰਦਰ ਬਹਿ ਕੇ ਤਾਂ ਕੁਛ ਨਾ ਕੁਛ ਕਰ ਸਕਦੇ ਸੀ। ਇਹ ਦੋ ਗੱਲਾਂ ਦਾ ਕੀ ਮਤਲਬ ਹੋਇਆ? ਅਸਤੀਫਾ ਕੀ ਤੁਹਾਨੂੰ ਲੱਗਦਾ ਕਿ ਤੁਸੀਂ ਉਹ ਜੋ ਕੁਛ ਵੀ ਉੱਥੇ ਲਿਖ ਕੇ ਭੇਜਿਆ ਉਹਨੂੰ ਵੀ ਕੋਈ ਨਾ ਕੋਈ ਵਕੀਲ ਵਾਲੇ ਪੁਆਇੰਟ ਆਫ ਵਿਊ ਤੋਂ ਤੁਸੀਂ ਉਹ ਡੈਲੀਬਰੇਟਲੀ ਸਾਰਾ ਕੁਛ ਲਿਖ ਕੇ ਭੇਜਿਆ, ਜਾਂ ਫਿਰ ਉਹ ਉਹਦੇ 'ਚ ਕੋਈ ਹੋਰ ਘੁੰਡੀ ਹੈ? ਨਹੀਂ, ਉਹ ਬਿਲਕੁਲ ਜਾਣ ਕੇ ਲਿਖ ਕੇ ਭੇਜਿਆ। ਅੱਛਾ ਜੀ। ਉਹ ਜਾਣ ਕੇ ਲਿਖ ਕੇ ਭੇਜਿਆ ਔਰ ਸਾਰੇ ਰੂਲ ਸਟੱਡੀ ਕਰਕੇ ਲਿਖ ਕੇ ਭੇਜਿਆ। ਉਹ ਸਪੀਕਰ ਹੁਣ ਉੱਤੇ ਜਵਾਬ ਦੇਣ, ਜਵਾਬ ਦੇਣ ਅਤੇ ਫਿਰ ਦੱਸੂੰਗਾ ਮੈਂ। ਪਹਿਲੀ ਗੱਲ, ਇਹ ਚੀਜ਼ਾਂ ਸਾਰੀਆਂ ਵਿਧਾਨ ਸਭਾ ਦੇ ਰਿਕਾਰਡ 'ਤੇ ਆਉਣੀਆਂ ਚਾਹੀਦੀਆਂ ਕਿ ਤੁਸੀਂ ਕੀ ਬੋਲੇ ਜੀ ਅਤੇ ਤੁਸੀਂ ਕੀ ਕੀਤਾ ਅਖੀਰ ਦੇ ਉੱਤੇ ਜਾ ਕੇ ਕੀ ਕੀਤਾ ਇਹ। ਅਤੇ ਹੁਣ ਜੋ ਉਹ ਇਹ ਮੰਤਰੀ ਸਦਨ ਦੀ ਤੁਹੀਨ ਕਰਕੇ ਚਲੇ ਗਏ ਔਰ ਤੁਹੀਨ ਦੇ ਖਿਲਾਫ ਤੁਸੀਂ ਐਕਸ਼ਨ ਨਹੀਂ ਲੈਣਾ, ਬਿਲਕੁਲ ਤੁਸੀਂ ਐਕਸ਼ਨ ਨਹੀਂ ਲੈਣਾ, ਇਹ ਸਾਰੀਆਂ ਚੀਜ਼ਾਂ ਮੈਂ ਅਸਤੀਫੇ ਵਿੱਚ ਲਿਖੀਆਂ ਹੋਈਆਂ। ਬਿਲਕੁਲ ਜਾਣ ਕੇ ਮੈਂ ਇੰਟੈਂਸ਼ਨਲੀ ਇਹ ਚੀਜ਼ਾਂ ਲਿਖੀਆਂ ਕਿਉਂਕਿ ਇਹ ਮੈਂ ਵਿਧਾਨ ਸਭਾ ਦੇ ਰਿਕਾਰਡ 'ਤੇ ਲਿਆਉਣਾ ਚਾਹੁੰਦਾ। ਅਗਲੀ ਗੱਲ, ਇਹ ਠੀਕ ਆ, ਇਹ ਰੂਲ ਕਹਿੰਦੇ ਆ ਕਿ ਅਸਤੀਫਾ ਸਿੰਪਲ ਹੋਣਾ ਚਾਹੀਦਾ, ਪਰ ਰੂਲ ਨਾਲ ਇਹ ਵੀ ਕਹਿੰਦੇ ਆ ਕਿ ਜੇਕਰ ਕਿਸੇ ਨੇ ਰੀਜ਼ਨ ਦਿੱਤੇ ਆ ਅਸਤੀਫੇ ਦੇ ਰੀਜ਼ਨ ਦਿੱਤੇ ਆ ਅਤੇ ਉਹ ਰੀਜ਼ਨ ਆ ਜਿਹੜੇ ਉਹ ਬਿਲਕੁਲ ਇਹਦੇ ਨਾਲ ਕੋਈ ਤਲਕ ਹੀ ਨਹੀਂ, ਉਹ ਸਪੀਕਰ ਉਹਨਾਂ ਨੂੰ ਇਗਨੋਰ ਕਰ ਸਕਦਾ। ਪਰ ਮੇਰੇ ਤਾਂ ਜਿਹੜੇ ਮੈਂ ਰੀਜ਼ਨ ਦਿੱਤੇ ਆ ਉਹ ਰੀਜ਼ਨ ਦਾ ਤਾਂ ਵਿਧਾਨ ਸਭਾ ਦੇ ਨਾਲ ਹੀ ਤਲਕ ਆ, ਵਿਧਾਨ ਸਭਾ ਦੀਆਂ ਪ੍ਰੋਸੀਡਿੰਗ ਦੇ ਨਾਲ ਤਲਕ ਆ ਉਹਨਾਂ ਦਾ, ਉਹ ਕਿਵੇਂ ਸਪੀਕਰ ਇਗਨੋਰ ਕਰੂਗਾ? ਕਰਕੇ ਦਿਖਾਉਣ ਫਿਰ ਮੈਂ ਤਾਂ ਇਹ ਰੀਜ਼ਨ ਵਿਧਾਨ ਸਭਾ 'ਤੇ ਰੱਖਣੇ ਆ, ਇਹ ਰਿਕਾਰਡ ਦੇ ਉੱਤੇ ਇਹ ਰੱਖਣੇ ਆ ਨਾ ਇਹ ਰੀਜ਼ਨ, ਅਤੇ ਇਹਨਾਂ ਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ। ਅੱਛਾ ਜੀ, ਜੇ ਮੈਂ ਦਿੱਤਾ ਅਸਤੀਫਾ ਐਜ਼ ਏ ਪ੍ਰੋਟੈਸਟ ਦਿੱਤਾ, ਮੈਂ ਕੋਈ ਇਸ ਕਰਕੇ ਦਿੱਤਾ ਨਹੀਂ ਕਿ ਮੈਂ ਲੋਕ ਸਭਾ ਦੇ ਇਲੈਕਸ਼ਨ ਦਿੱਤੇ ਗਏ ਜੀ ਤਾਂ ਕਰਕੇ ਮੈਨੂੰ ਵਿਧਾਨ ਸਭਾ ਤੋਂ ਅਸਤੀਫਾ ਦੇਣਾ ਪੈਣਾ, ਉਹ ਜਿਹੇ ਕਿਸਾਂ 'ਚ ਹੁੰਦਾ? ਮੈਂ ਸਮਝ ਗਿਆ, ਉਹ ਜਿਹੀਆਂ ਗੱਲਾਂ ਹੁੰਦੀਆਂ। ਹਾਂਜੀ, ਮਤਲਬ ਜਾਂ ਉਹ ਬੰਦੇ ਦਾ ਕੋਈ ਆਪਣਾ ਨਿੱਜੀ ਕਾਰਨ ਹੈ, ਜਾਂ ਨਿੱਜੀ ਕਾਰਨ ਆ, ਤੁਸੀਂ ਪਿੱਛੇ ਦੇਖਿਆ ਨਹੀਂ ਬਾਦਲਾਂ ਨੇ ਕਾਂਗਰਸ ਦੇ 2 MLA ਨੂੰ ਕੁੱਟ ਕੁੱਟ ਕੇ ਉਹਨਾਂ ਤੋਂ ਅਸਤੀਫਾ ਦਵਾ ਕੇ ਆਪਣੀ ਟਿਕਟ ਦੇ ਕੇ ਇਲੈਕਸ਼ਨ ਲੜਾਏ ਆ, ਉਹੀਆਂ ਜੇ ਗੱਲਾਂ ਹੁੰਦੀਆਂ ਤਾਂ ਉਦੋਂ ਇਹ ਹੁੰਦੀਆਂ। ਜਦੋਂ ਕਿਸੇ ਕਾਰਨ ਕਰਕੇ ਦਿੱਤਾ ਔਰ ਕਾਰਨ ਐਸਾ ਹੈ ਇਨ ਪ੍ਰੋਟੈਸਟ ਦਿੱਤਾ, ਉਹ ਇਸ ਕਰਕੇ ਕਿ ਤੁਸੀਂ ਸਰਕਾਰ ਐਕਸ਼ਨ ਨਹੀਂ ਲੈ ਰਹੀ ਉਹਦੇ 'ਤੇ, ਅਤੇ ਫਿਰ ਮੈਂ ਪ੍ਰੋਟੈਸਟ ਲੌਂਚ ਨਹੀਂ ਕਰੂੰਗਾ, ਅਤੇ ਫਿਰ ਉਸ ਚੀਜ਼ ਦਾ ਫਾਇਦਾ ਕੀ? ਦੇਖੋ ਫੂਲਕਾ ਸਾਹਿਬ, ਇਹ ਸਮਝਾਓ, ਇਹ ਮੈਂ ਸਮਝ ਗਿਆ ਗੱਲ ਤੁਹਾਡੀ, ਤੁਸੀਂ ਜਿਵੇਂ ਘੇਰਿਆ ਸਰਕਾਰ ਨੂੰ, ਚਲੋ ਸਮਝ ਆ ਗਈ ਗੱਲ, ਪਰ ਤੁਹਾਡੇ ਆਪਣੇ ਬੰਦੇ ਤੁਹਾਡੇ ਨਾਲ ਕਿਉਂ ਨਹੀਂ ਖੜੇ? ਸੁਖਪਾਲ ਖਹਿਰਾ ਹੋਰਾਂ ਦਾ ਤੁਹਾਡੇ ਕੋਲ ਤਾਂ ਨਹੀਂ, ਉਹਨਾਂ ਨੂੰ ਪੁੱਛਣਾ ਚਾਹੀਦਾ। ਮੈਨੂੰ ਤਾਂ ਦੇਖੋ, ਮੈਂ ਤਾਂ ਇੱਕ ਗੱਲ ਦੱਸਾਂ ਕਿ ਮੈਂ ਪਹਿਲਾਂ ਵੀ ਮੀਡੀਆ 'ਚ ਕਹਿ ਚੁੱਕੇ ਹਾਂ, 9 ਅਕਤੂਬਰ ਨੂੰ ਮੇਰੀ ਬੜੀ ਲੰਬੀ ਚੌੜੀ ਗੱਲ ਹੋਈ ਹੈ ਸੁਖਪਾਲ ਦੇ ਨਾਲ, ਅਸਤੀਫਾ ਲਿਖਣ ਤੋਂ ਪਹਿਲਾਂ, ਅਸਤੀਫਾ ਤੋਂ 11 ਨੂੰ ਮੈਂ ਉੱਥੇ ਕਿਹਾ ਔਰ ਸੁਖਪਾਲ ਨੂੰ, ਸੁਖਪਾਲ ਨੇ ਕਿਹਾ ਅਸਤੀਫਾ ਨਾ ਦੇ, ਮੈਂ ਕਿਹਾ ਦੇਖੋ, ਮੈਂ ਕਿਹਾ ਸੁਖਪਾਲ ਮੈਂ ਤਾਂ ਕਰ ਚੁੱਕਿਆ ਅਰਦਾਸ, ਗੁਰੂ ਨੂੰ ਧਿਆ ਕੇ ਮੈਂ ਐਲਾਨ ਕੀਤਾ, ਅਤੇ ਮੈਂ ਤਾਂ ਹਾਈ ਕੋਰਟ ਦੀ ਹੀਅਰਿੰਗ ਦੀ ਵੇਟ ਕਰਨੀ ਹੈ 11 ਨੂੰ ਜੀ। ਫਿਰ ਸੁਖਪਾਲ ਨੇ ਕਿਹਾ ਤੁਸੀਂ ਐਂ ਕਰੋ, ਅਜੇ ਨਾ ਕਰੋ, ਥੋੜ੍ਹਾ ਲੇਟ ਕਰ ਦਿਉ, ਕਿਉਂਕਿ ਜਿਹੜੇ ਇਲੈਕਸ਼ਨ ਹੋਣੇ ਚਾਹੀਦੇ ਆ ਨਾ ਉਹ ਜ਼ਿਮਨੀ ਚੋਣਾਂ ਵੀ ਉਹ ਲੋਕ ਸਭਾ ਦੇ ਨਾਲ ਹੀ ਹੋਣ, ਤਾਂ ਕਿ 6 ਮਹੀਨੇ ਦੇ ਵਿੱਚ ਰਹਿ ਜੇ। ਮੈਂ ਕਿਹਾ ਹੁਣ ਵੀ ਲੋਕ ਸਭਾ ਦੇ ਨਾਲ ਹੀ ਹੋਣਗੀਆਂ, ਕਹਿੰਦੇ ਉਹ ਕਿਵੇਂ? ਮੈਂ ਕਿਹਾ 6 ਮਹੀਨੇ ਅਪ੍ਰੈਲ 'ਚ ਪੂਰੇ ਹੋ ਰਹੇ ਆ, ਅਤੇ ਲੋਕ ਸਭਾ ਦੀ ਨੋਟੀਫਿਕੇਸ਼ਨ ਆ ਜਾਣੀ ਆ ਫਰਵਰੀ 'ਚ, ਜਨਵਰੀ 'ਚ, ਅਤੇ ਹੁਣ ਵੀ ਨਾਲ ਹੀ
ਤੇ ਜੇ ਤੁਸੀਂ ਮੇਰੇ ਦਸਤਖਤ ਵਾਲੀ ਗੱਲ ਆ ਤੇ ਬਈ ਹੈ ਤੇ 14 ਤੇ ਜੇ ਤੁਸੀਂ ਸੋਚਦੇ ਹੋ ਕਿ ਤੁਹਾਡਾ ਇੱਕ ਨੰਬਰ ਘੱਟ ਗਿਆ ਤੇ ਜੇ 19 ਰਹਿ ਗਏ ਤਾਂ 19 'ਚ ਤੁਹਾਨੂੰ 13 ਚਾਹੀਦੇ ਆ ਤੁਹਾਡਾ ਫਾਇਦਾ ਬਈ ਨਾ ਫਾਇਦਾ ਨਹੀਂ ਫਾਇਦਾ ਨਹੀਂ ਮੈਂ ਤਾਂ ਉਦੋਂ ਉਹਨੂੰ ਪ੍ਰੋਮਿਸ ਕੀਤਾ ਹੋਇਆ ਸੀ ਅੱਛਾ ਜੀ ਹਾਂ ਮੈਂ ਉਹਨੂੰ ਕਿਹਾ ਸੀ ਬਈ ਹੁਣ ਵੀ ਮੈਨੂੰ ਵੀ ਵਿੱਚ ਮਿਲਾ ਕੇ ਤੈਨੂੰ ਫਿਰ ਵੀ 5 ਚਾਹੀਦੇ ਆ ਬਈ ਤੈਨੂੰ ਫਿਰ ਵੀ 5 ਚਾਹੀਦੇ ਆ ਤਾਂ ਤੁਹਾਡਾ ਕੋਈ ਨੁਕਸਾਨ ਨਹੀਂ ਹੈ ਇੱਥੋਂ ਤੱਕ ਗੱਲਾਂ ਹੋ ਗਈਆਂ ਗੁਰਪ੍ਰੀਤ ਜੀ ਇੱਥੋਂ ਤੱਕ ਗੱਲਾਂ ਹੋ ਗਈਆਂ ਮੈਂ ਕਿਹਾ ਮੈਂ ਤਾਂ ਦੇਖੋ ਜਿਹੜੀ ਮੈਂ ਉਹਨੂੰ ਗੱਲ ਕਹੀ ਸੀ ਮੈਂ ਕਿਹਾ ਚਲੋ ਮੈਨੂੰ ਤੁਸੀਂ ਐਡ ਕਰ ਲਓ 5 ਤਾਂ ਤੁਹਾਨੂੰ ਫਿਰ ਵੀ ਚਾਹੀਦੇ ਆ ਮੈਂ ਕਿਹਾ ਜੇ ਮੇਰਾ ਅਸਤੀਫਾ ਹੋ ਗਿਆ ਤੇ 19 'ਚ ਤੁਹਾਨੂੰ 13 ਚਾਹੀਦੇ ਤੁਹਾਨੂੰ ਫਿਰ ਵੀ 5 ਚਾਹੀਦੇ ਮੈਂ ਕਿਹਾ ਇਸ ਕਰਕੇ ਤੁਹਾਡਾ ਕੋਈ ਨੁਕਸਾਨ ਨਹੀਂ ਅੱਛਾ ਜੀ ਮਤਲਬ ਕਿ ਹੋਰ ਵੀ ਬੜੀਆਂ ਗੱਲਾਂ ਹੋਈਆਂ ਇਸ ਤੋਂ ਇਲਾਵਾ ਵੀ ਹੋਈਆਂ ਉਹਨਾਂ ਨੇ ਮੈਨੂੰ ਇਹ ਵੀ ਕਿਹਾ ਕਹਿੰਦੇ ਤੁਸੀਂ ਫਿਰ ਅਸਤੀਫਾ ਦੇ ਕੇ ਨਾ ਤੁਸੀਂ ਲੋਕ ਸਭਾ ਦੇ ਇਲੈਕਸ਼ਨ ਲੜ ਦਿਓ ਦੱਸੋ ਕਿਹੜੀ ਸੀਟ ਤੋਂ ਲੜੋਗੇ ਪੂਰਾ ਤੁਹਾਡੇ ਨਾਲ ਹੱਥ ਹੋ ਕੇ ਮੈਂ ਕਿਹਾ ਦੇਖ ਮੈਂ 84 ਦੇ ਕੇਸਾਂ 'ਚ ਬੜਾ ਬਿਜ਼ੀ ਹਾਂ ਮੈਂ ਨਹੀਂ ਲੜਦਾ ਮੈਂ ਪੋਲੀਟਿਕਸ ਤੋਂ ਛੁੱਟੀ ਲਈ ਵੀ ਹੈ ਮੈਂ ਉੱਥੋਂ ਟਾਈਮ ਨਹੀਂ ਦੇ ਸਕਦਾ ਮੈਂ ਅਜੇ ਛੁੱਟੀ 'ਤੇ ਮੈਂ ਅਜੇ ਛੁੱਟੀ 'ਤੇ ਰਹਿੰਦੇ ਹੋ ਮੈਂ ਨਹੀਂ ਅਜੇ ਲੜਦਾ ਅੱਛਾ ਨਹੀਂ ਵੈਸੇ ਇੱਕ ਗੱਲ ਫੁਲਕਾ ਸਾਹਿਬ ਅਤੇ ਉਸ ਤੋਂ ਮਗਰੋਂ ਨਹੀਂ ਲੱਗਿਆ ਸੀਗਾ ਦੇਖੋ ਗੱਲ ਜਵਾਬ ਦਿੱਤਾ ਇਹ ਜਿਹੜਾ ਮੇਰੇ ਅਸਤੀਫੇ ਦਾ ਮਤਲਬ ਸੀ ਪ੍ਰੈਸ਼ਰ ਕਾਂਗਰਸ ਦੇ 5 ਮੰਤਰੀਆਂ 'ਤੇ ਉਹਨਾਂ ਮੰਤਰੀਆਂ ਦੇ ਨਾਮ ਹੀ ਆਪਾਂ ਦੱਸ ਦਈਏ ਤਾਂ ਵਧੀਆ 5 ਮੰਤਰੀ ਦੇਖੋ ਸਭ ਤੋਂ ਪਹਿਲਾਂ ਤਾਂ ਬੋਲੇ ਤੁਹਾਡੇ ਸੁਖਜਿੰਦਰ ਰੰਧਾਵਾ ਬੋਲੇ ਜੀ ਫਿਰ ਚਰਨਜੀਤ ਸਿੰਘ ਚੰਨੀ ਬੋਲੇ ਫਿਰ ਤੁਹਾਡੇ ਸਿੱਧੂ ਬੋਲੇ ਜੀ ਨਵਜੋਤ ਸਿੰਘ ਸਿੱਧੂ ਬੋਲੇ ਤੇ ਫਿਰ ਮਨਪ੍ਰੀਤ ਬਾਦਲ ਵੀ ਬੋਲੇ ਫਿਰ ਤਰਪਿੰਦਰ ਸਿੰਘ ਬਾਜਵਾ ਵੀ ਬੋਲੇ ਇਹਨਾਂ ਪੰਜਾਂ ਦੇ ਨਾਲ ਅਜੇ ਵੀ ਰੋਸ ਹੈ ਜੇ ਪੰਜਾਂ ਦੇ ਹੈ ਜੀ ਉਹ ਅਜੇ ਵੀ ਕੋਈ ਨਾ ਕੋਈ ਐਕਸ਼ਨ ਲੈਂਦੇ ਨੇ ਤੇ ਕੀ ਮੋੜਾ ਕੱਟਿਆ ਜਾ ਸਕਦਾ ਪੰਜੇ ਮੰਤਰੀ ਬਿਲਕੁਲ ਦੇਖੋ ਗੱਲ ਹੈ ਇਹ ਪੰਜੇ ਮੰਤਰੀ ਸਟਾਰ ਸਰਕਾਰ ਦੇ ਸੀਨੀਅਰ ਮੰਤਰੀ ਆ ਜੀ ਇਹ ਇਹਨਾਂ ਤੋਂ ਬਿਨਾਂ ਉੱਥੇ ਮੰਤਰੀ ਮੰਡਲ ਕੁਛ ਨਹੀਂ ਮੈਂ ਤਾਂ ਇਸ ਕਰਕੇ ਇਹਨਾਂ ਦੇ ਦਬਾਅ ਪਾ ਰਿਹਾ ਕਿ ਤੁਹਾਥੋਂ ਬਿਨਾਂ ਮੰਤਰੀ ਮੰਡਲ ਕੁਛ ਨਹੀਂ ਜੀ ਤੇ ਤੁਸੀਂ ਕਿਉਂ ਨਹੀਂ ਸਰਕਾਰ ਤੋਂ ਐਕਸ਼ਨ ਲਵਾਉਂਦੇ ਲਿਆਓ ਸਰਕਾਰ ਤੋਂ ਐਕਸ਼ਨ ਔਰ ਮੈਨੂੰ ਇਹ ਵੀ ਪਤਾ ਹੈ ਪੰਜੇ ਚਾਹੁੰਦੇ ਆ ਤੇ ਫਿਰ ਹੋ ਕਿਉਂ ਨਹੀਂ ਐਕਸ਼ਨ ਹੈ ਐਕਸ਼ਨ ਕਿਉਂ ਨਹੀਂ ਹੋ ਰਿਹਾ ਇਹ ਤਾਂ ਤੁਸੀਂ ਉਹਨਾਂ ਤੋਂ ਪੁੱਛੋ ਨਾ ਕਿਉਂ ਨਹੀਂ ਹੋ ਰਿਹਾ ਨਹੀਂ ਨਹੀਂ ਕੀ ਆ ਕੀ ਇਸ ਰਾਹੁਲ ਗਾਂਧੀ ਨਹੀਂ ਚਾਹੁੰਦਾ ਹੈ ਰਾਹੁਲ ਗਾਂਧੀ ਹੋਰਾਂ ਨਾਲ ਤਾਂ ਮੀਟਿੰਗ ਨਹੀਂ ਹੋ ਰਹੀ ਕੈਪਟਨ ਸਾਹਿਬ ਦੀ ਉਹ ਵੀ ਡੇਢ ਮਹੀਨਾ ਹੋ ਗਿਆ ਜੀ ਉਡੀਕ ਰਹੇ ਨੇ ਮੀਟਿੰਗਾਂ ਤਾਂ ਬਥੇਰੀਆਂ ਹੁੰਦੀਆਂ ਇਹੋ ਜਿਹੇ ਮਾਮਲੇ 'ਤੇ ਤਾਂ ਰਾਹੁਲ ਗਾਂਧੀ ਰਾਮ ਰਹੀਮ ਦਾ ਫਿਕਰ ਆ ਹਰਿਆਣੇ ਦੇ ਜਿਹੜੀਆਂ ਚੋਣਾਂ ਆ ਗਈਆਂ ਹੁਣ ਤਾਂ ਰਾਹੁਲ ਗਾਂਧੀ ਨੇ ਸਿਰਫ ਇਹ ਕਿਹਾ ਤੁਸੀਂ ਇਹ ਮੁੱਦੇ ਨੂੰ ਵਰਤ ਕੇ ਮੈਨੂੰ ਪੰਜਾਬ ਦੀਆਂ 13 ਸੀਟਾਂ ਲੈ ਦਿਓ ਅਤੇ ਮੇਰਾ ਹਰਿਆਣੇ 'ਚ ਨੁਕਸਾਨ ਨਾ ਕਰਾਓ ਮਤਲਬ ਕਿ ਹੁਣ ਇਹ ਜੀ ਗੱਲ ਆ ਹੁਣ ਇਹ ਪੋਲੀਟਿਕਸ ਆ ਕੀ ਹੈ ਵੀ ਚੁੱਪ ਕਰਕੇ ਕਿਉਂਕਿ ਜਿੱਤੋਂ ਰਾਹੁਲ ਗਾਂਧੀ ਦਾ ਡੰਡਾ ਆਇਆ ਤਾਂ ਇਹ ਵੀ ਚੁੱਪ ਕਰਕੇ ਬੈਠ ਗਏ ਪਰ ਹੁਣ ਗੱਲ ਇਹ ਆ ਨਹੀਂ ਇਹ ਮੇਰੀ ਗੱਲ ਗੱਲ ਬੜੀ ਵੱਡੀ ਹੈ ਵੈਸੇ ਤੁਸੀਂ ਤੁਹਾਨੂੰ ਲੱਗਦਾ ਕਿ ਵੀ ਇਹਦਾ ਕਰਕੇ ਰੋਕ ਕੇ ਬੈਠੇ ਹੋਣਗੇ ਹੋਰ ਕੀ ਵਜ੍ਹਾ ਜੀ ਮੈਨੂੰ ਦੱਸੋ ਪਹਿਲਾਂ ਸਿੱਧੂ ਸਾਹਿਬ ਤਾਂ ਓਪਨਲੀ ਇਹਨਾਂ ਨੇ ਸਰਕਾਰ ਦੇ ਡਿਸੀਜਨ ਨੂੰ ਅਪੋਜ਼ ਕੀਤਾ ਕਿੰਨਿਆਰੀ ਕੀਤਾ ਪਹਿਲਾਂ ਕੋਈ ਪਹਿਲੀ ਵਾਰੀ ਨਹੀਂ ਹੈ ਹੈ ਅਤੇ ਇਹ ਹੁਣ 5 ਦੇ 5 ਜਿਹੜੇ ਚੁੱਪ ਕਰਕੇ ਉਸ ਤੋਂ ਬਾਅਦ ਇਕਦਮ ਕਹਿਣ ਲੱਗੇ 4-5 ਮਹੀਨੇ ਲੱਗਣਗੇ 4-5 ਮਹੀਨੇ ਲੱਗਣਗੇ ਕਿਉਂ ਕਾਹਦੇ ਵਾਸਤੇ ਪਹਿਲਾਂ ਤਾਂ ਆਪਾਂ ਇੰਨੇ ਤੱਥੇ ਹੋਏ ਸੀ ਉਸ ਤਰ੍ਹਾਂ ਵਿਧਾਨ ਸਭਾ ਤਾਂ ਇਸ ਤੋਂ ਐਂ ਬੋਲਦੇ ਸੀ ਕਿ ਬਸ ਅਸੀਂ 4-5 ਘੰਟੇ ਵੀ ਨਹੀਂ ਲੱਗਣ ਦੇ ਨੇ ਜਿਹੜੇ ਸਾਰੇ ਦੇ ਸਾਰੇ ਚੁੱਪ ਕਰਕੇ ਹੈ ਬਿਲਕੁਲ ਸਹੀ ਇਹ ਸਿਰਫ ਤੇ ਸਿਰਫ ਰਾਹੁਲ ਗਾਂਧੀ ਦਾ ਡੰਡਾ ਹੀ ਆ ਅੱਛਾ ਫਿਰ ਇੱਕ ਗੱਲ ਦੱਸੋ ਫੁਲਕਾ ਸਾਹਿਬ ਮੈਂ ਤੁਹਾਨੂੰ ਸਵਾਲ ਇਹ ਪੁੱਛ ਸਕਦਾ ਕਿਉਂਕਿ ਗੱਲਾਂ ਇਹ ਜ਼ਰੂਰ ਹੁੰਦੀਆਂ ਨੇ ਕਿਉਂਕਿ ਤੁਸੀਂ ਮੇਰੇ ਖਿਆਲ ਜਦੋਂ ਤੋਂ 84 ਵਾਲਾ ਮਾਮਲਾ ਹੋਇਆ 34 ਸਾਲ ਉਹਨੂੰ ਹੋ ਗਏ ਤੁਸੀਂ ਉਹ ਵੀ ਲੜਾਈ ਲੜ ਰਹੇ ਹੋ ਤੁਹਾਨੂੰ ਲੱਗਦਾ ਕਿ 2015 ਵਾਲੀ ਜਿਹੜੀ ਲੜਾਈ ਉਹ ਵੀ ਉਸੇ ਰਾਹ 'ਤੇ ਪੈ ਗਈ ਹੈ ਕਿ ਹਾਂ ਜੀ ਉਹਨੂੰ 34 ਬੀਤ ਕੇ ਕਿਹੜਾ ਇਨਸਾਫ ਮਿਲਿਆ ਅਤੇ ਇਹਨੂੰ ਉਸੇ ਖਾਤੇ 'ਚ ਪਾ ਦਿਓ ਅਤੇ ਕਾਂਗਰਸ ਨੇ ਉਹੀ ਤਾਂ ਕਰਨਾ ਮੈਂ ਤਾਂ ਸਾਰੀ ਪ੍ਰੈਸ ਕਾਨਫਰੰਸ 'ਚ ਮੈਂ ਇਹ ਗੱਲ ਕਹੀ ਆ ਮੈਂ ਕਿਹਾ ਮੈਂ ਕਾਂਗਰਸ ਦਾ ਤਰੀਕਾ ਜਾਣਦਾ ਮੈਂ ਦੇਖ ਚੁੱਕਿਆ ਹੰਢਿਆ ਚੁੱਕਿਆ ਖੁਦ ਹੰਢਾ ਚੁੱਕਿਆ ਕਮਿਸ਼ਨ 'ਤੇ ਕਮਿਸ਼ਨ ਕਮਿਸ਼ਨ 'ਤੇ ਕਮਿਸ਼ਨ ਕਮਿਸ਼ਨ 'ਤੇ ਕਮਿਸ਼ਨ 84 ਦੇ ਵਿੱਚ ਸਾਰੇ ਕਮਿਸ਼ਨਾਂ ਨੇ ਠੋਕ ਕੇ ਫੈਂਡਿੰਗ ਦਿੱਤੀਆਂ ਮਿਸ਼ਰਾ ਕਮਿਸ਼ਨ ਤੋਂ ਲੈ ਕੇ ਮਿਸ਼ਰਾ ਕਮਿਸ਼ਨ ਜਿਹੜਾ 1985 'ਚ ਅਪੁਆਇੰਟ ਹੋਇਆ ਸੀ 86 ਤੋਂ ਉਹਨੇ ਰਿਪੋਰਟ ਦਿੱਤੀ ਸੀ ਮਿਸ਼ਰਾ ਕਮਿਸ਼ਨ ਤੋਂ ਲੈ ਕੇ ਅੱਜ ਤੱਕ 11 ਇਹਨਾਂ ਨੇ 10-11 ਕਮਾਤੀਆਂ ਇੱਕ ਵੀ ਕਮਿਸ਼ਨ ਦੀ ਰਿਪੋਰਟ ਜਾਂ ਇੱਕ ਵੀ ਕਮੇਟੀ ਦੀ ਰਿਪੋਰਟ ਇਹਨਾਂ ਨੇ ਕਾਂਗਰਸ ਨੇ ਇੰਪਲੀਮੈਂਟ ਨਹੀਂ ਕੀਤੀ ਐਂਡ ਸੇਮ ਚੀਜ਼ ਵਰਤੀ ਜਾ ਰਹੀ ਉਹੀ ਕੰਮ ਇਹਨਾਂ ਨੇ ਇੱਥੇ ਸ਼ੁਰੂ ਕਰਤਾ ਇਹਨਾਂ ਨੂੰ ਤਾਂ ਮੇਰੇ ਖਿਆਲ ਇਹ ਲੱਗਦਾ ਕਿ ਇਹ ਤਾਂ ਸਿੱਖਾਂ ਤਾਂ ਪਤਾ ਨਹੀਂ ਕੀ ਸਮਝਦੇ ਆ ਹੈ ਇਹ ਸਾਰੀ ਸਿੱਖ ਕੌਮ ਨਹੀਂ ਸਮਝਿਆ ਕਿ ਇਹਨਾਂ ਤਾਂ ਐਵੇਂ ਗੱਲਾਂ ਗੁੱਲਾਂ ਕਰਕੇ ਤੁਸੀਂ ਪਲੂਸ ਪਲੂਸ ਲਓ ਹੈ ਇਹੀ ਇਹਨਾਂ ਦਾ ਐਟੀਚਿਊਡ ਆ ਔਰ ਸਾਡੇ ਵੀ ਪਲੂਸੇ ਜਾਂਦੇ ਆ ਸਾਡੇ ਵਾਲੇ ਵੀ ਇੱਦਾਂ ਵੀ ਹਾਲ ਕੀ ਆ ਕਿ ਦਬਾਅ ਉਹਨਾਂ ਦੇ ਪਾਉਣ ਦੀ ਬਜਾਏ ਦਬਾਅ ਮੇਰੇ 'ਤੇ ਪੈਣਾ ਸ਼ੁਰੂ ਹੋ ਗਿਆ ਮੈਂ ਜੋ ਅਸਤੀਫਾ ਦਿੱਤਾ ਅਸਤੀਫੇ ਮੇਰੇ ਅਸਤੀਫੇ ਦਾ ਸਾਫ਼ ਮਤਲਬ ਸੀ ਇਹਨਾਂ 5 ਮੰਤਰੀਆਂ 'ਤੇ ਦਬਾਅ ਪਾਉਣਾ ਉਹਨਾਂ ਦੇ ਦਬਾਅ ਪਾਉਣ ਦੀ ਬਜਾਏ ਉਲਟਾ ਮਤਲਬ ਕਿ ਉਹਨਾਂ ਨੇ ਤੀਰ ਮੇਰੇ ਵੱਲ ਨਹੀਂ ਕਰਤੇ ਚਲੋ ਕੋਈ ਗੱਲ ਨਹੀਂ ਕਰ ਲਓ ਜਿੰਨੇ ਕੁ ਮਰਜ਼ੀ ਕਰ ਲਓ ਮੈਂ ਦੇਖੋ ਗੱਲ ਸੁਣ ਦੇਖੋ ਮੈਂ ਤੁਹਾਨੂੰ ਗੁਰਪ੍ਰੀਤ ਜੀ ਗੱਲ ਕਰਦਾ ਵਾਹਿਗੁਰੂ ਮੇਰੇ ਨਾਲ ਆ ਵਾਹਿਗੁਰੂ ਨੂੰ ਧਿਆ ਕੇ ਹੁਣ ਤੱਕ ਤੁਸੀਂ ਕੀ ਸੋਚਦੇ ਹੋ ਕਿ 1985-86-87 ਔਰ ਰਾਜੀਵ ਗਾਂਧੀ ਦੀ ਸਰਕਾਰ ਉਸ ਤੋਂ ਬਾਅਦ ਅਸੀਂ ਦੌਰੇ 'ਤੇ ਕੀ ਦੇਖਿਆ ਖਾਲੜਾ ਦਾ ਕੀ ਹਾਲ ਕੀਤਾ ਇਹਨਾਂ ਨੇ
ਜਸਵੰਤ ਸਿੰਘ ਖਾਲੜਾ ਦਾ ਕੀ ਹਾਲ ਕੀਤਾ, ਕੀ ਕਸੂਰ ਸੀ ਉਹਨਾਂ ਦਾ, ਕਿ ਕਾਨੂੰਨੀ ਤੌਰ ਦੇ ਉੱਤੇ ਉਹਨਾਂ ਨੇ ਇਕੱਠੇ ਕੀਤੇ ਸੀ ਨਾ ਪਰਚੇ ਤੇ ਸੁਪਰੀਮ ਕੋਰਟ ਨੂੰ ਭੇਜੇ ਸੀ, ਉਹੀ ਉਹ ਹਾਲ ਮੇਰਾ ਵੀ ਹੋਣਾ ਸੀ। ਅੱਛਾ ਜੀ, ਉਹੀ ਉਹ ਹਾਲ ਕਿਉਂ? ਸੱਜਣ ਟਾਈਟਲ ਅਤੇ ਭਗਤ, ਸੱਜਣ ਟਾਈਟਲ ਤਾਂ ਕੁਛ ਵੀ ਨਹੀਂ, ਭਗਤ ਜੋ ਇਹਨਾਂ ਦਾ ਗੁਰੂ ਸੀ, ਐਚ ਕੇ ਐਲ ਭਗਤ ਕੈਬਨਿਟ ਮਿਨਿਸਟਰ ਸੀ, ਉਸ ਤੋਂ ਬਾਅਦ ਕਾਂਗਰਸ ਦਾ ਪ੍ਰਧਾਨ ਸੀ ਦਿੱਲੀ ਦਾ, ਇਹਨਾਂ ਦਾ ਮੁੱਖ ਮੰਤਰੀ ਦਾ ਕੈਂਡੀਡੇਟ ਸੀ ਜੀ, ਜਿਹੜਾ ਉਹਨੂੰ ਗ੍ਰਿਫਤਾਰ ਤੱਕ ਕਰਵਾਇਆ। ਇਹ ਮੈਂ ਤਾਂ ਸੋਚਦਾ, ਦੇਖੋ ਮੈਂ ਤਾਂ ਮੇਰੀ ਸੋਚ, ਮੈਂ ਤੁਹਾਨੂੰ ਇੱਕ ਗੱਲ ਦੱਸਿਆ ਮੇਰੀ ਸੋਚ ਕੀ ਆ। ਮੈਂ ਤਾਂ ਇੱਕ ਗੱਲ ਵੈਗਰੂ ਨੂੰ ਕਹੀ ਆ, ਇਹ ਜ਼ਿੰਦਗੀ ਤੇਰੀ ਉਧਾਰੀ ਆ। 2 ਨਵੰਬਰ ਨੂੰ ਮੇਰੇ ਘਰ ਦੇ ਉੱਤੇ ਹਮਲਾ ਹੋਇਆ ਸੀ ਜੀ, ਉਹ ਕਹਾਣੀ ਵਾਕਈ ਆਪਾਂ ਜਾਣਾਂਗੇ ਜ਼ਰੂਰ। ਨਹੀਂ, ਮੈਂ ਤੁਹਾਨੂੰ ਇੰਨੀ ਗੱਲ ਦੱਸਦਿਆਂ ਜੀ ਜੀ ਜੀ, 2 ਨਵੰਬਰ ਨੂੰ ਮੇਰੇ ਘਰ ਦੇ ਉੱਤੇ ਹਮਲਾ ਹੋਇਆ ਸੀ, ਜਿਵੇਂ ਮੈਂ ਬਚਿਆ ਮੈਨੂੰ ਹੀ ਪਤਾ। ਮੈਂ ਤਾਂ ਇਹ ਲੈ ਕੇ ਚੱਲ ਰਿਹਾ ਕਿ ਇਹ ਤਾਂ ਜ਼ਿੰਦਗੀ ਤੇਰੀ ਉਧਾਰੀ ਆ, ਜਿੰਨੇ ਦਿਨ ਰਹਾਂਗੇ ਬਾਬਾ ਤੇਰੇ ਹੀ ਕੰਮ ਕਰਾਂਗੇ। ਕਿਆ ਬਾਤ! ਅੱਛਾ ਫੁਲਕਾ ਸਾਹਿਬ, ਇਹ ਗੱਲਾਂ ਜਿਹੜੀਆਂ ਵੀ ਨੇ, ਮੈਂ ਚਾਹੁੰਦਾ ਕਿ ਆਪਾਂ ਥੋੜ੍ਹਾ ਜਿਹਾ ਆਰਾਮ ਦੇਈਏ। ਮੈਂ ਦੱਸ ਦਿਆਂ ਜੀ ਆਪਣੇ ਦਰਸ਼ਕਾਂ ਨੂੰ ਕਿ ਪ੍ਰਾਈਮ ਏਸ਼ੀਆ ਟੀਵੀ ਦੇ ਪਲੈਟਫਾਰਮ 'ਤੇ ਅੱਜ ਤੁਸੀਂ ਦੇਖ ਰਹੇ ਹੋ ਪ੍ਰਾਈਮ ਫੋਕਸ ਦੇ ਵਿੱਚ, ਉਹ ਗੱਲਾਂ ਉਹ ਚੀਜ਼ਾਂ ਜਿਹੜੀਆਂ ਕਿ ਇਸ ਵਕਤ ਪੰਜਾਬ ਦੀ ਸਿਆਸਤ 'ਚ ਚੱਲ ਰਹੀਆਂ ਨੇ। ਆਪਾਂ ਨੂੰ ਬਹੁਤ ਸਾਰੇ ਮਸਲੇ, ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਅੱਧੀਆਂ ਪਚੱਧੀਆਂ ਪਤਾ ਲੱਗਦੀਆਂ ਨੇ, ਪਰ ਅੱਜ ਮੇਰੀ ਕੋਸ਼ਿਸ਼ ਇਹ ਹੈ ਕਿ ਵੀ ਜੋ ਕੁਛ ਵੀ ਇੱਕ ਵਕੀਲ ਦੇ ਪੁਆਇੰਟ ਆਫ ਵਿਊ ਤੋਂ, ਜੋ ਵੀ ਇੱਕ ਕਾਨੂੰਨੀ ਪੱਖ ਤੋਂ ਆਪਾਂ ਨੂੰ ਸਮਝਣ ਦੀ ਲੋੜ ਹੈਗੀ, ਉਹ ਆਪਾਂ ਸਮਝ ਸਕੀਏ ਕਿ ਸਿਆਸਤ ਕੀ ਕੀਤੀ ਜਾ ਰਹੀ ਹੈ ਅਤੇ ਕਾਨੂੰਨ ਜਿਹੜਾ ਹੈ ਉਹ ਕੀ ਆਪਾਂ ਨੂੰ ਇਸ ਵਕਤ ਇੱਥੇ ਕਹਿੰਦਾ। ਇਸ ਪ੍ਰਾਈਮ ਫੋਕਸ ਦੇ ਵਿੱਚ ਹੁਣ ਫੁਲਕਾ ਸਾਹਿਬ, ਮੈਂ ਮਗਰਲੇ ਹਿੱਸੇ ਦੇ ਵਿੱਚ ਇਹ ਜ਼ਰੂਰ ਪੁੱਛਣਾ ਚਾਹੁੰਦਾ ਤੁਹਾਨੂੰ ਕਿ ਤੁਸੀਂ ਇੱਕ ਹਲਕੇ ਦੀ ਨੁਮਾਇੰਦਗੀ ਕਰਦੇ ਹੋ, ਦਾਖਾ ਹਲਕਾ ਤੁਹਾਡਾ, ਤੁਸੀਂ 1.5 ਸਾਲ ਦੇ ਵਿੱਚ ਉੱਥੇ ਬਹੁਤ ਕੁਛ ਕੀਤਾ, ਬਹੁਤ ਸਾਰੇ ਐਸੇ ਕੰਮ ਨੇ ਜਿਹੜੇ ਕਿ ਮੇਰੇ ਖਿਆਲ ਨਾਲ ਕਈ MLAs ਨੂੰ ਤਾਂ ਅਜੇ ਤੱਕ ਕੁਰਸੀ 'ਤੇ ਚੰਗੀ ਤਰ੍ਹਾਂ ਸੈੱਟ ਹੋ ਕੇ ਬੈਠੇ ਵੀ ਨਹੀਂ, ਜਾਂ ਤਾਂ ਤੁਸੀਂ ਉਹ ਕੰਮ ਕਰਤੇ, ਹੁਣ ਤੁਸੀਂ ਉਹਨਾਂ ਲੋਕਾਂ ਨੂੰ ਕਿਹੜੇ ਸਹਾਰੇ ਛੱਡ ਚੱਲੇ ਹੋ? ਦੇਖੋ, ਪਹਿਲੀ ਗੱਲ ਤਾਂ ਮੈਂ ਤੈਨੂੰ ਦੱਸਦਿਆਂ, ਮੈਂ ਉਹ ਕੰਮ ਕਿਉਂ ਕੀਤੇ, ਕਿਉਂਕਿ ਮੈਂ ਪਿਛਲੇ 15 ਸਾਲਾਂ ਤੋਂ, ਤਕਰੀਬਨ 2006 ਤੋਂ ਮੈਂ ਸ਼ੁਰੂ ਕੀਤਾ, 12 ਸਾਲ ਹੋ ਗਿਆ, 12-13 ਸਾਲ ਤੋਂ, ਉਦੋਂ ਤੋਂ ਮੈਂ ਪੰਜਾਬ ਦੇ ਵਿੱਚ ਲਗਾਤਾਰ ਇਹ ਸੋਸ਼ਲ ਵਰਕ ਕਰਦਾ ਰਿਹਾ, ਐਜੂਕੇਸ਼ਨ ਦੇ ਉੱਤੇ ਬੜਾ ਕੰਮ ਕੀਤਾ, ਪਿੰਡਾਂ ਦੇ ਵਿੱਚ ਜਾ ਕੇ ਕੋਚਿੰਗ ਸੈਂਟਰ ਕਰਾਏ, ਫਿਰ ਐਜੂਸੈਟ ਦੇ ਥਰੂ ਪਿੰਡਾਂ ਨੂੰ, ਬੱਚਿਆਂ ਨੂੰ ਕੋਚਿੰਗ ਦੇਣ ਦੇ ਕੰਮ ਸ਼ੁਰੂ ਕੀਤੇ, ਨਸ਼ਿਆਂ ਦੇ ਖਿਲਾਫ਼ ਕੰਮ ਕੀਤੇ। ਮੇਰਾ ਖਿਆਲ ਹੈ ਜੇਕਰ ਤੁਸੀਂ ਚੱਕ ਕੇ ਰਿਕਾਰਡ ਦੇਖ ਲਓ ਨਾ, ਤਾਂ ਸੋਸ਼ਲ ਵਰਕ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਮੇਰੇ ਮੁਕਾਬਲੇ ਦੇ ਵਿੱਚ ਕੋਈ ਹੋਰ ਪੰਜਾਬ ਦੇ ਵਿੱਚ ਕਿਸੇ ਨੇ ਕੀਤਾ ਹੋ। ਅਤੇ ਮੈਂ ਤਾਂ ਕੰਮ ਪਹਿਲਾਂ ਹੀ ਕਰਦਾ ਸੀ, ਮੈਂ ਤਾਂ ਜੇ ਪੋਲੀਟਿਕਸ 'ਚ ਆਇਆ ਉਹ ਕੰਮ ਕਰਨ ਹੀ ਆਇਆ, ਉਹੀ ਕੰਮ ਕਰਨ ਆਇਆ ਸੀ। ਤਾਂ ਇਸ ਕਰਕੇ ਆ ਕੇ ਮੈਂ, ਦੇਖੋ ਮੈਂ ਆਪਣੇ ਸਾਰੇ ਪ੍ਰਾਇਮਰੀ ਸਕੂਲ, ਪਹਿਲਾ ਹਲਕਾ ਹੈ ਪੰਜਾਬ ਦਾ, ਪਹਿਲਾ ਹਲਕਾ ਅਤੇ ਇੰਡੀਆ ਦਾ ਪਹਿਲਾ ਬਣ ਜਾਏਗਾ ਇਸ ਤਰ੍ਹਾਂ, ਜਿੱਥੇ ਕਿ ਬਿਨਾਂ ਸਰਕਾਰ ਦੀ ਮਦਦ ਤੋਂ 118 ਪ੍ਰਾਇਮਰੀ ਸਕੂਲ ਆ ਜੀ ਮੇਰੇ ਹਲਕੇ ਦੇ ਵਿੱਚ, ਸਾਰਿਆਂ ਦੇ ਵਿੱਚ ਸਮਾਰਟ ਕਲਾਸਰੂਮ ਬਣਾਉਂਦੇ ਆ ਸਾਰਿਆਂ 'ਚ, ਉਹਨਾਂ ਦੀ ਹੁਣ ਦੇਖ ਰੇਖ ਕਰਨੀ, ਉਹਨਾਂ ਦੀ ਅੱਗੇ ਕਰਨਾ, ਉਹ ਸਾਰਾ ਕੰਮ ਆ, ਉਹ ਮੇਰਾ ਚਾਲੂ ਰਹੇਗਾ, ਇਸੇ ਤਰ੍ਹਾਂ ਰਹੂਗਾ, ਚਾਹੇ ਮੈਂ MLA ਹਾਂ ਜਾਂ ਨਹੀਂ ਹਾਂ, ਇਮਟੀਰੀਅਲ ਆਫ ਇੱਕ ਸਮਾਜ ਸੇਵਕ ਦੇ ਤੌਰ 'ਤੇ, ਇੱਕ ਸਮਾਜ ਸੇਵਕ। ਦੂਜੀ ਗੱਲ, ਅਸੀਂ ਇੱਕ ਜਿਹੜੀ ਮੋਬਾਈਲ ਡਿਸਪੈਂਸਰੀ ਚਲਾਈ ਆ, ਇਹ ਹੈਲਥ ਦਾ ਸਿਸਟਮ ਪੰਜਾਬ ਦਾ ਬਹੁਤ ਹੀ ਤਬਾਹ ਹੋਇਆ ਪਿਆ, 80% ਪਿੰਡਾਂ 'ਚ ਤਾਂ ਜੇ ਡਿਸਪੈਂਸਰੀਆਂ ਹੈ ਨਹੀਂ, ਸਰਕਾਰੀ ਡਿਸਪੈਂਸਰੀਆਂ, ਅਤੇ ਜਿੱਥੇ ਹੈਗੀਆਂ ਉਹ ਚੰਗੀ ਤਰ੍ਹਾਂ ਕੰਮ ਨਹੀਂ ਚੱਲ ਰਹੀਆਂ। ਅਤੇ ਇੱਕ ਅਸੀਂ ਮੋਡਿਊਲ ਚਲਾਇਆ, ਜਿਹੜੀ ਕਿ ਡਾਕਟਰ, ਬੜਾ ਕੁਆਲੀਫਾਈਡ ਡਾਕਟਰ, ਉਹਦੇ ਵਿੱਚ ਨਾਲ ਲੈਬ ਟੈਕਨੀਸ਼ੀਅਨ, ਨਾਲ ਪੂਰਾ ਸਟਾਫ, ਉਹ ਮੋਬਾਈਲ ਡਿਸਪੈਂਸਰੀ ਚਲਾਈ ਆ, ਉਹਦੇ 'ਚ ਮੁਫਤ ਦਵਾਈਆਂ, ਮੁਫਤ ਇਲਾਜ, ਅਤੇ ਮੁਫਤ ਵਿੱਚ ਟੈਸਟ, ਅਤੇ ਨਾਲ ECG ਦੀ ਮਸ਼ੀਨ ਵੀ, ਨਾਲ ਸਿਰਫ 10 ਰੁਪਏ ਪਰਚੀ ਲਈਦੀ ਆ। ਉਹ 20 ਪਿੰਡਾਂ 'ਚ ਇਸ ਟਾਈਮ ਜਾ ਰਹੇ ਆ, 20 ਪਿੰਡਾਂ ਦੇ ਵਿੱਚ। ਅੱਛਾ, ਹੁਣ ਸ਼ੁਰੂ ਦੇ ਵਿੱਚ ਨਾ ਉਹਦੇ 'ਚ ਬੜਾ, ਕਾਫੀ ਲੋਕ ਸੋਚਦੇ ਸੀ, ਅਕਾਲੀ ਦਲ ਵਾਲੇ ਵੀ ਉਹਨੂੰ ਬੜਾ ਅਪੋਜ਼ ਕਰ ਰਹੇ ਸੀ, ਪਰ ਹੁਣ ਮਤਲਬ ਕਿ ਸਾਲ ਹੋ ਗਿਆ ਉਹਨੂੰ ਚੱਲਦੇ ਨੂੰ, ਅੱਜ ਸਾਲ ਤੋਂ ਉੱਪਰ ਹੋ ਚੁੱਕਿਆ। ਹੁਣ ਇਸ ਟਾਈਮ ਮਤਲਬ ਕਿ ਅਕਾਲੀ ਦਲ ਦੇ ਸਰਪੰਚ ਵੀ ਆ ਕੇ ਉੱਥੇ ਦਵਾਈਆਂ ਲੈ ਕੇ ਜਾਂਦੇ ਆ, ਜਦੋਂ ਪਤਾ ਕਿ ਅਸੀਂ ਕੋਈ ਪੋਲੀਟੀਕਲ ਲੈਵਲ 'ਤੇ ਤੌਰ 'ਤੇ ਨਹੀਂ ਕਰ ਰਹੇ। ਮਤਲਬ ਕਿ ਜਿਹਨਾਂ ਪਿੰਡਾਂ ਜਾਂਦੇ ਆ, ਉਸ ਪਿੰਡਾਂ ਦੇ ਵਿੱਚ ਪਹਿਲਾਂ ਸ਼ੁਰੂ ਤਾਂ ਸਿਰਫ ਗਰੀਬ ਘਰਾਂ ਦੇ ਲੋਕ ਆਏ, ਉਸ ਤੋਂ ਮਗਰੋਂ ਹੁਣ ਹਾਲ ਇਹ ਆ, ਲਗਭਗ 90% ਪਿੰਡ ਦੇ ਘਰਾਂ 'ਚੋਂ ਕੋਈ ਨਾ ਕੋਈ ਆ ਕੇ ਉੱਥੋਂ ਦਵਾਈ ਜ਼ਰੂਰ ਲੈ ਕੇ ਜਾ ਚੁੱਕੇ ਆ। ਇਹ ਜਿਹੜਾ ਪ੍ਰੋਜੈਕਟ ਹੈ ਇਸੇ ਤਰ੍ਹਾਂ ਚੱਲਣਗੇ, ਇਹ ਤਾਂ ਮੈਂ ਪਹਿਲਾਂ ਵੀ ਕਰਦਾ, ਲੋਕ ਫਿਕਰ ਨਾ ਕਰਨ, ਫੁਲਕਾ ਸਾਹਿਬ ਨਾ, ਮੈਂ ਬਿਲਕੁਲ ਉਹਨੂੰ ਕਹਿ ਚੁੱਕਿਆ, ਇਹ ਤਾਂ ਸਮਾਂ ਵਧਾਵਾਂਗੇ ਅੱਗੇ, ਇਹ ਉਹਦੇ 'ਤੇ ਕੋਈ ਬਿਲਕੁਲ ਕੋਈ ਫਰਕ ਨਹੀਂ ਪਏਗਾ। ਦੂਜੀ ਗੱਲ, ਮੇਰੇ ਹਲਕੇ ਦੇ ਲੋਕਾਂ ਨੂੰ 16 ਤਰੀਕ ਨੂੰ, ਜਦੋਂ 16 ਸਤੰਬਰ ਨੂੰ ਮੈਂ ਆ ਕੇ ਦਰਬਾਰ ਸਾਹਿਬ ਮੱਥਾ ਟੇਕਣਾ ਸੀ, ਮੇਰੇ ਹਲਕੇ ਦੇ ਕਿੰਨੇ ਲੋਕ ਨਾਲ ਤਿਆਰ ਸੀ, ਉਹ ਕਹਿੰਦੇ ਸਾਡੀ ਵੀ ਕੁਰਬਾਨੀ ਨਾਲ ਆ, ਅਸੀਂ ਵੀ ਨਾਲ ਕੁਰਬਾਨੀ ਦੇ ਰਹੇ ਹਾਂ, ਤੁਹਾਡੇ ਰਾਹੀਂ ਦੇ ਰਹੇ ਹਾਂ। ਕਹਿੰਦੇ ਸਾਡੇ ਕੋਲ ਖਾਣ ਪੀਣ ਵਾਲੇ MLA ਬੈਠੇ ਹੁੰਦੇ ਤਾਂ ਉਹਨਾਂ ਨੇ ਵੀ ਖਾਣਾ ਪੀਣਾ ਸੀ, ਸਾਨੂੰ ਦੁਖੀ ਕਰਨਾ ਸੀ, ਇੱਕ ਜਦੋਂ ਕੌਮ ਦੇ ਨਾਮ ਦੇ ਉੱਤੇ, ਗੁਰੂ ਗ੍ਰੰਥ ਸਾਹਿਬ ਦੇ ਨਾਮ ਦੇ ਉੱਤੇ ਕੁਰਬਾਨੀ ਦੇਣ ਵਾਲਾ, ਤਾਂ ਕੁਰਬਾਨੀ ਉਹਨਾਂ ਦੀ ਵੀ ਹੈ ਨਾਲ, ਉਹ ਕਹਿੰਦੇ ਸਾਡੀ ਵੀ ਕੁਰਬਾਨੀ ਹੈ। ਬਿਲਕੁਲ ਸਹੀ। ਅੱਛਾ ਬੁਲਕਾ ਸਾਹਿਬ, ਇਹ ਦੱਸੋ ਕਿ ਜੇ ਮੰਨ ਲਓ ਇਹ ਜੋ ਕੁਛ ਵੀ ਹੈਗਾ ਇਹ ਕਿਸੇ ਤਣ ਪੱਤਣ ਲੱਗ ਜਾਂਦਾ ਆਉਂਦੇ ਚੰਦ ਮਹੀਨਿਆਂ 'ਚ,
ਜ਼ਿਮਨੀ ਚੋਣ ਆਉਂਦੀ ਆ ਤਾਂ ਦੁਬਾਰਾ ਐਮ ਐਲ ਏ ਦੀ ਇਲੈਕਸ਼ਨ ਲੜੋਂਗੇ ਫਿਰ ਐਮ ਪੀ ਵਾਲੇ ਨੂੰ ਤੁਸੀਂ ਕਹਿੰਦੇ ਮੈਂ ਨਹੀਂ ਲੜਨੀ ਦੇਖੋ ਐਮ ਪੀ ਦੇਖੋ ਗੱਲ ਇਹ ਹੈ ਇਹ ਹੁਣ ਸਾਰੇ ਦਾ ਸਾਰਾ ਡਿਪੈਂਡ ਕਰਦਾ 84 ਦੇ ਕੇਸਾਂ ਦੇ ਉੱਤੇ ਅੱਛਾ ਜੀ ਕਿ ਜੇ ਮੈਨੂੰ ਉੱਥੋਂ ਹੁਣ ਮੈਂ ਉੱਥੇ ਮੇਰੇ ਬਿਨਾਂ ਕੰਮ ਨਹੀਂ ਚੱਲ ਸਕਦਾ ਉੱਥੇ ਮੇਰੇ ਬਿਨਾਂ ਨਹੀਂ ਚੱਲ ਸਕਦਾ ਮਤਲਬ ਉਹ ਨੇੜੇ ਆ ਗਈ ਚੀਜ਼ ਔਰ ਉਹ ਚੀਜ਼ ਬਹੁਤ ਨੇੜੇ ਆ ਇਸ ਟਾਈਮ ਜਦੋਂ ਮੈਂ ਇੱਕ ਹੋਰ ਤੁਹਾਨੂੰ ਇੱਕ ਗੱਲ ਦੱਸਦਾ ਜੀ ਜੀ ਜਦੋਂ ਮੈਂ ਅਸਤੀਫਾ ਦਿੱਤਾ ਮੇਰੇ ਅਸਤੀਫੇ ਤੋਂ ਮਗਰੋਂ ਇਹ 84 ਦੇ ਕੇਸ ਇੰਨੇ ਕੁੱਠੇ ਆ ਉਹਦੀ ਇੱਕ ਵਜ੍ਹਾ ਕਿਉਂਕਿ ਹਾਈ ਕੋਰਟ ਸੁਪਰੀਮ ਕੋਰਟ ਦੇ ਸਾਰੇ ਜੱਜਮੈਂਟ ਜਾਣਦੇ ਸੀ ਪਹਿਲਾਂ ਸਾਰਿਆਂ ਦਾ ਐਟੀਟਿਊਡ ਇਹ ਸੀ 34 ਸਾਲ ਹੋ ਗਏ ਆ ਕੋਈ ਨਹੀਂ ਬੋਲ ਜਾਓ ਬੋਲ ਜਾਓ ਬੋਲ ਜਾਓ ਜਦੋਂ ਮੈਂ ਅਸਤੀਫਾ ਦੇ ਕੇ ਗਿਆ ਸਭ ਨੂੰ ਇਹ ਲੱਗਿਆ ਕਿ ਯਾਰ ਕੋਈ ਬੰਦਾ ਮਿਨਿਸਟਰੀ ਦਾ ਪਦ ਛੱਡ ਕੇ ਇੱਥੇ ਆ ਸਕਦਾ ਹੁਣ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਇਹ ਅਸਤੀਫਾ ਸੀ ਜਦੋਂ ਤੁਸੀਂ ਐਲ ਓ ਪੀ ਦੀ ਕੁਰਸੀ ਛੱਡੀ ਅੱਜ ਐਲ ਓ ਪੀ ਦੀ ਕੁਰਸੀ ਹਾਂ ਹਾਂ ਮੈਂ ਐਲ ਓ ਪੀ ਦੀ ਕੁਰਸੀ ਦੀ ਗੱਲ ਕਰ ਰਿਹਾ ਜਦੋਂ ਐਲ ਓ ਪੀ ਤੋਂ ਅਸਤੀਫਾ ਦੇ ਗਿਆ ਹੁਣ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਜਿਹੜਾ ਇਸ ਟਾਈਮ ਸੁਪਰੀਮ ਕੋਰਟ 'ਚ ਨੰਬਰ 2 ਜੱਜ ਆ ਉਹ ਜਦੋਂ ਮੈਂ ਸਟੈਂਡਿੰਗ ਕਾਨਸਲ ਸੀ ਨਾ ਅੱਜ ਤੋਂ 30 ਸਾਲ ਪਹਿਲਾਂ ਉਹ ਮੇਰੇ ਨਾਲ ਪੈਨਲ ਦੇ ਉੱਤੇ ਸੀ ਅੱਛਾ ਜੀ ਔਰ ਪੂਰੀ ਸਪੋਰਟ ਕਰਦਾ ਚਾਹੇ ਸਾਡੇ ਕਿਸੇ ਪੇਸ਼ ਨਹੀਂ ਹੋਇਆ ਪਰ ਉਹ ਪੂਰਾ ਸਪੋਰਟ ਫੁਲਕਾ ਜੀ ਬਹੁਤ ਅੱਛਾ ਕੰਮ ਕਰ ਰਹੇ ਹੋ ਹਮ ਆਪਕੇ ਸਾਥ ਹੈ ਉਹ ਇਸ ਟਾਈਮ ਨੰਬਰ 2 ਜੱਜ ਆ ਸੁਪਰੀਮ ਕੋਰਟ ਦਾ ਅੱਛਾ ਜੀ ਜਿਹੜਾ ਨੰਬਰ 3 ਜੱਜ ਆ ਉਹ ਵੀ ਮੇਰੇ ਦੋਸਤ ਸੀ ਅਸੀਂ ਇਕੱਠੇ ਬਾਰ ਦੇ ਵਿੱਚ ਰਹੇ ਸੀ ਉਹ ਵੀ ਹਮੇਸ਼ਾ ਤਾਰੀਫ ਕਰਦਾ ਸੀ ਕਿ ਆਪ ਕੰਮ ਬਹੁਤ ਵਧੀਆ ਕਰ ਰਹੇ ਹੋ ਅੱਛਾ ਹੁਣ ਤੁਸੀਂ ਅਗਲੀ ਗੱਲ ਜਿਹੜਾ ਦਿੱਲੀ ਹਾਈ ਕੋਰਟ ਦੇ ਵਿੱਚ ਚੀਫ ਜਸਟਿਸ ਤੋਂ ਬਾਅਦ ਨੰਬਰ 2 ਆ ਚੀਫ ਜਸਟਿਸ ਤੋਂ ਬਾਹਰੋਂ ਆਇਆ ਜਿਹੜਾ ਨੰਬਰ 2 ਜੱਜ ਆ ਚੀਫ ਜਸਟਿਸ ਦੇ ਨਾਲ ਉਹ ਸਾਡੀ ਟੀਮ ਦਾ ਮੈਂਬਰ ਸੀ ਮਿਸ਼ਰਾ ਕਮਿਸ਼ਨ 'ਚ ਮੈਂ ਆਰਸੀ ਵਕੀਲਾਂ ਦੀ ਟੀਮ ਦਾ ਮੇਰੀ ਉਹ ਵਕੀਲ ਦੇ ਟੀਮ ਦੇ ਵਿੱਚ ਨਾਲ ਸੀ ਬਲਕਿ ਇਹ ਜਿਹੇ ਹਾਲ ਤਾਂ ਉਹਨਾਂ ਸਾਰਿਆਂ ਨੇ ਮੈਨੂੰ ਬੜਾ ਕਲੋਜ਼ਲੀ ਕੰਮ ਕਰਦੇ ਦੇਖਿਆ ਉਹਨਾਂ ਦੇ ਮਨ ਦੇ ਉੱਤੇ ਸਾਰਿਆਂ ਦੇ ਇੰਨਾ ਅਸਰ ਪਿਆ ਕਿ ਇਹ ਕੌਮ ਭੁੱਲੀ ਨਹੀਂ ਇੱਥੇ ਤਾਂ ਇਨਸਾਫ ਦੇਣਾ ਪਊ ਉਸ ਤੋਂ ਮਗਰੋਂ ਐਸ ਆਈ ਟੀ ਸੁਪਰੀਮ ਕੋਰਟ ਨੇ ਅਪੁਆਇੰਟ ਕੀਤੀ ਹੈ ਜਦੋਂ ਐਸ ਆਈ ਮੈਂ ਤੁਹਾਨੂੰ ਇੱਕ ਹੋਰ ਵੀ ਚੀਜ਼ ਦੱਸਦਿਆਂ ਹੁਣ ਐਸ ਆਈ ਟੀ ਵਾਲੇ ਕੇਸ ਦੇ ਵਿੱਚ ਇੱਕ ਕੇਸ ਚੱਲ ਰਿਹਾ ਸੀ ਮੈਂ ਸੁਪਰੀਮ ਕੋਰਟ ਐਸ ਆਈ ਟੀ ਵਾਲੇ ਸੁਪਰੀਮ ਕੋਰਟ ਦੇ ਕੇਸ ਚੱਲਦਾ ਸੀ 84 ਦਾ ਚੀਫ ਜਸਟਿਸ ਦੀ ਕੋਰਟ 'ਚ ਮੈਂ ਕਿਸੇ ਹੋਰ ਕੇਸ ਦੇ ਵਿੱਚ ਪਿੱਛੇ ਬੈਠਾ ਮੈਂ ਉਹ 'ਚ ਵਕੀਲ ਨਹੀਂ ਸੀ ਚੀਫ ਜਸਟਿਸ ਨੇ ਕਿਹਾ ਓਕੇ 2 o'clock ਮੈਂ ਪਿੱਛੇ ਬੈਠਾ ਸੀ ਮਿਸਟਰ ਫੁਲਕਾ 2 o'clock ਮੈਂ 3 ਸੀਟਾਂ ਪਿੱਛੇ ਬੈਠਾ 2 o'clock ਮੈਨੂੰ ਪਿੱਛੇ ਸਾਰਾ ਕਰਕੇ ਮੁੜ ਕੇ ਹੀ ਬੌਂਡਸ ਵੀ ਉਹ ਮੈਨੂੰ ਉਹ ਕਹਿੰਦਾ ਤੂੰ ਆ ਕੇ ਪੇਸ਼ ਜਦੋਂ ਮੈਂ ਪੇਸ਼ ਹੋਇਆ ਜ਼ਿਆਦਾ ਪੁੱਛੇ ਹੀ ਮੇਰੇ ਕੋਲੋਂ ਸਵਾਲ ਹੀ ਮੇਰੇ ਕੋਲੋਂ ਪੁੱਛੇ ਜਿਹੜੇ ਪੁੱਛਣ ਵਾਲੇ ਸੀ ਬਲਕਿ ਇਸ ਤਰ੍ਹਾਂ ਦੇ ਉੱਥੇ ਦਾ ਲੈਵਲ ਆ ਹੁਣ ਇਸ ਟਾਈਮ 84 ਦੇ ਕੇਸ ਇੰਨੇ ਸਿਖਰਾਂ 'ਤੇ ਪਹੁੰਚ ਗਏ ਆ ਜੀ ਇੰਨੇ ਸਿਖਰਾਂ 'ਤੇ ਇਸ ਟਾਈਮ ਪਹੁੰਚ ਗਿਆ ਅੱਜ ਤੱਕ ਕਦੇ ਵੀ ਨਹੀਂ ਸੀ ਇਹ 34 ਸਾਲ 'ਚ ਅਗਲੀ ਗੱਲ ਤੁਸੀਂ ਦੇਖ ਲਓ ਆ ਜਿਹੜਾ ਗੁਜਰਾਤ ਜੀ ਸਾਡੇ ਨਾਲ 18 ਸਾਲ ਬਾਅਦ ਹੋਇਆ ਬਿਲਕੁਲ ਸੀ ਹੈ 2000 ਪੂਰੀ ਦੀ ਪੂਰੀ ਕਾਂਗਰਸ ਸਰਕਾਰ ਸੈਂਟਰ ਦੀ ਸਰਕਾਰ ਸੀ ਇਹਨਾਂ ਨੇ ਪੂਰੇ ਪੂਰਾ ਜ਼ੋਰ ਲਾਇਆ ਸੈਂਟਰ ਦੀ ਸਰਕਾਰ ਨੇ ਅੱਜ ਗੁਜਰਾਤ ਕਿੱਥੇ ਆ ਜੀ ਬਿਲਕੁਲ ਸਹੀ ਗੱਲ ਕਿਤੇ ਵੀ ਨਹੀਂ ਆਸੇ ਪਾਸੇ ਨੇੜੇ ਵੀ ਨਹੀਂ ਫੂਲਕਾ ਸਾਹਿਬ ਮੈਂ ਚਾਹੁੰਦਾ ਅੱਛਾ ਥੋੜੀ ਗੱਲ ਨਹੀਂ ਥੋੜੀ ਗੱਲ ਤੋਂ ਇੱਕ ਗੱਲ ਆਪਾਂ ਜ਼ਰੂਰ ਕਰੀਏ ਮੈਂ ਛੋਟੀ ਜੀ ਗੱਲ ਤੋਂ ਨਹੀਂ ਕਰਦਾ ਜੀ ਅੱਛਾ ਇੱਕ ਗੱਲ ਮੈਂ ਤੁਹਾਨੂੰ ਜਿਹੜਾ ਮਤਲਬ ਕਿ ਕਈ ਵਾਰੀ ਇੱਥੇ ਸਵਾਲ ਆਇਆ ਉੱਠਦੇ ਆ ਕਿ ਜੀ ਸਜ਼ਾ ਨਹੀਂ ਹੋਈ ਸਜ਼ਾ ਨਹੀਂ ਹੋਈ ਉਹ ਵੀ ਮੈਂ ਰੌਲਾ ਨਹੀਂ ਪਾਉਂਦਾ ਕਿ ਮੈਂ ਸਜ਼ਾ ਕਰਾਈ ਆ ਪਰ ਤੁਸੀਂ ਇੱਕ ਗੱਲ ਦੇਖ ਲਓ ਇੱਕ ਐਮ ਐਲ ਏ ਨੂੰ ਸਜ਼ਾ ਹੋਈ ਵੀ ਆ ਅੱਜ ਕੱਲ੍ਹ ਉਹਦਾ ਵੀ ਕੇਸ ਮੈਂ ਕਰ ਰਿਹਾ ਉਹਨੇ ਅਪੀਲ ਪਾਈ ਵੀ ਆਪਣੀ ਸਜ਼ਾ ਦੇ ਖਿਲਾਫ ਕੌਂਸਲਰ ਨੂੰ ਸਜ਼ਾ ਹੋਈ ਵੀ ਆ ਉਹ ਵੀ ਕਰ ਰਿਹਾ 200 ਹੋਰ ਬੰਦਿਆਂ ਨੂੰ ਸਜ਼ਾ ਹੋਈ ਆ ਉਹਨਾਂ 'ਚੋਂ 100 ਕੁ ਬੰਦੇ ਦੀ ਅਪੀਲਾਂ ਅੱਜ ਵੀ ਪਈਆਂ ਜਿਹੜੀਆਂ ਮੈਂ ਕਰ ਰਿਹਾ ਹਾਈ ਕੋਰਟ ਦੇ ਵਿੱਚ ਪਈਆਂ ਵੀ ਆ ਇਹ ਸਜ਼ਾ ਹੋ ਚੁੱਕੀ ਹੈ ਜੇਕਰ ਕਿਸੇ ਨੇ ਦੇਖਣਾ ਹੋਵੇ ਨਾ ਤੇ ਇਹ ਆਪਾਂ ਰਹਿਣ ਦਿੰਦੇ ਫੁਲਕਾ ਸਾਹਿਬ ਇੱਕ ਕਿਉਂਕਿ ਆਪਣੇ ਕੋਲ ਥੋੜਾ ਸਮਾਂ ਬਚਾ ਇੱਕ ਬੜੀ ਇੰਪੋਰਟੈਂਟ ਗੱਲ ਮੈਂ ਪੁੱਛਣੀ ਚਾਹੁੰਦਾ SGPC ਦੇ ਨਾਮ ਤੁਸੀਂ ਇੱਕ ਖੁੱਲੀ ਚਿੱਠੀ ਲਿਖੀ ਸੀ ਹਾਂਜੀ ਉਹ ਕੀ ਚੀਜ਼ ਹੈ ਮੈਨੂੰ ਸਮਝਾਓ ਦੇਖੋ ਉਹ ਗੱਲ ਇਹ ਆ ਕਿ SGPC ਦੇ ਜੋ ਇਹ ਹੋ ਰਿਹਾ ਇਸ ਟਾਈਮ SGPC ਨੂੰ ਸਿਰਫ ਤੇ ਸਿਰਫ ਵੋਟਾਂ ਲੈਣ ਲਈ ਵਰਤਿਆ ਜਾ ਰਿਹਾ ਅੱਛਾ ਜੀ ਇਹ ਬਾਦਲ ਕਿਆ ਨੇ ਸਿਰਫ ਆਪਣੀਆਂ ਵੋਟਾਂ ਲੈਣ ਲਈ SGPC ਨੂੰ ਵਰਤਿਆ ਉਹ ਚਾਹੇ ਰਾਮ ਰੀਮ ਹੋਵੇ ਚਾਹੇ ਕੋਈ ਹੋਰ ਸਾਧ ਹੋਵੇ ਚਾਹੇ ਕੋਈ ਹੋਵੇ ਕਿਵੇਂ ਵੀ ਹੋਵੇ ਹੈ ਉਹਨਾਂ ਨੇ ਵੋਟਾਂ ਲੈਣ ਦੇ ਵਾਸਤੇ SGPC ਨੂੰ ਉਹਦੇ ਵਾਸਤੇ ਵਰਤਣਾ ਤੇ ਬਲਕਿ ਜਿੰਨਾ ਇਸ ਟਾਈਮ ਦੁਰਵਰਤੋਂ ਹੋ ਰਹੀ ਹੈ ਸਾਡੇ ਮੀਰੀ ਅਤੇ ਪੀਰੀ ਦੇ ਸਿਧਾਂਤ ਦੀ ਜੀ ਇੰਨੀ ਅੱਜ ਤੱਕ ਕਦੇ ਨਹੀਂ ਹੋਣੀ ਹੋਣੀ ਜਦੋਂ ਕਿ ਮੀਰੀ ਪੀਰੀ ਦਾ ਸਿਧਾਂਤ ਇਹ ਕਹਿੰਦਾ ਕਿ ਜੋ ਸਿਆਸਤ ਆ ਉਹਨੂੰ ਧਾਰਮਿਕ ਸਿਧਾਂਤਾਂ 'ਤੇ ਚਲਾਓ ਜੀ ਇਸ ਟਾਈਮ ਹੋ ਕੀ ਰਿਹਾ ਜਿੰਨੇ ਧਾਰਮਿਕ ਅਦਾਰੇ ਆ ਉਹਨਾਂ ਸਾਰਿਆਂ ਦੇ ਸਾਰਿਆਂ ਨੂੰ ਸਿਆਸੀ ਫਾਇਦਾ ਹੋਣ ਲਈ ਚਲਾ ਰਹੇ ਆ ਤੋ ਇਹਦੇ 'ਚ ਨਿਖਾਰ ਜੋ ਸਭ ਤੋਂ ਵੱਡਾ ਆਇਆ ਉਦੋਂ ਆਇਆ ਜਦੋਂ ਦਾ ਬਾਦਲਾਂ ਦਾ ਕਬਜ਼ਾ ਇਹ ਕੁੰਡੀ ਮੈਨੂੰ ਸਮਝਾਓ ਬਾਦਲ ਸਾਹਿਬ ਵੱਲੋਂ ਇਹ ਕਿਹਾ ਜਾ ਰਿਹਾ ਅਕਾਲੀ ਦਲ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਵੀ ਜੋ ਕੁਝ ਵੀ ਇਹ ਇਲੈਕਸ਼ਨ ਆ ਪਿਛਲੇ ਦਿਨੀ ਉਹ ਸਟੇ ਹੋਇਆ ਸੀਗਾ ਕੋਰਟ ਦਾ ਉਹ ਸਾਰੇ ਕੁਝ ਦੇ ਉੱਪਰ ਫੂਲਕਾ ਸਾਹਿਬ ਸਿਆਸਤ ਕਰਨਾ ਅਜੇ ਸਾਡੇ ਕੋਲ ਬਹੁਤ ਟਾਈਮ ਹੈਗਾ ਤੇ ਇਹ ਆਪਣਾ ਕੰਮ ਦੇਖਣੇ SGPC 'ਚ ਦਖਲ ਅੰਦਾਜ਼ੀ ਨਾ ਕਰਨ ਉਹ ਕੀ ਕੁੰਡੀ ਕੀ ਹੈ ਦੇਖੋ ਜਿਹੜਾ ਇਹ ਕਹਿ ਰਿਹਾ ਜੀ ਉਹ SGPC ਦੇ ਇਲੈਕਸ਼ਨ ਦੀ ਗੱਲ ਆ ਜੋ ਮੈਂ ਪ੍ਰਾਈਮ ਮਿਨਿਸਟਰ ਨੂੰ ਚਿੱਠੀ ਲਿਖੀ ਸੀ ਜਿਹੜਾ ਇਹਨਾਂ ਨੇ ਹੁਣ ਤੱਕ ਲੋਕਾਂ ਨੂੰ ਗੁੰਮਰਾਹ ਕੀਤਾ ਜੀ ਸਾਨੂੰ ਤਾਂ 5 ਸਾਲ ਹੋਰ ਮਿਲ ਗਏ ਇਹ ਇਲੈਕਸ਼ਨ ਇਹ 2011 'ਚ ਹੋਏ ਆ ਇਲੈਕਸ਼ਨ 5 ਸਾਲ ਦੀ ਇਹਨਾਂ ਦੀ ਕਾਰਜਕਾਰੀ ਹੈ 2016 'ਚ ਨਿਕਲ ਗਈ 2016 ਤੱਕ ਸੁਪਰੀਮ ਕੋਰਟ ਕੇਸ ਚੱਲਿਆ ਇਹ ਹੁਣ ਕਹਿੰਦੇ ਜੀ ਸੁਪਰੀਮ ਕੋਰਟ ਨੇ ਸਾਨੂੰ ਤਾਂ 2016 ਤੋਂ 5 ਸਾਲ ਹੋਰ ਦਿੱਤੇ 2021 ਤੱਕ ਪਰ ਜਿਹੜੀ ਬਿਲਕੁਲ ਗਲਤ ਗੱਲ ਆ ਮੈਂ ਉੱਤੇ ਪ੍ਰੈਸ ਕਾਨਫਰੰਸ ਦੇ ਵਿੱਚ ਉਹ ਦਿਖਾਤੇ ਸੀ
ਕਾਰਜਕਾਲ ਸੁਪਰੀਮ ਕੋਰਟ ਨੇ ਸਾਫ਼ ਮਨਾ ਕਰਤਾ ਕਿ ਨਹੀਂ ਅਸੀਂ ਕੋਈ ਆਰਡਰ ਨਹੀਂ ਦੇਣਾ ਮਨਾ ਕੀਤਾ ਪਹਿਲੀ ਗੱਲ ਦੂਜੀ ਗੱਲ ਹੁਣ ਇਹ ਕਹਿ ਰਹੇ ਆ ਜੀ ਕਿ 2012 ਦੇ ਵਿੱਚ ਸੁਪਰੀਮ ਕੋਰਟ ਨੇ ਸਟੇਅ ਦਿੱਤੀ ਸੀ ਸਾਡੇ ਖਿਲਾਫ਼ ਬਿਲਕੁਲ ਗਲਤ ਗੱਲ ਆ ਕੋਈ ਸਟੇਅ ਨਹੀਂ 17 ਫਰਵਰੀ 2012 ਦਾ ਆਰਡਰ ਆ 17 ਫਰਵਰੀ 2012 ਦੇ ਆਰਡਰ ਵਿੱਚ ਸੁਪਰੀਮ ਕੋਰਟ ਨੇ ਸਾਫ਼ ਕਿਹਾ ਕਿ ਜੋ ਨੋਟੀਫਿਕੇਸ਼ਨ ਹੋਈ ਆ ਜੋ ਇਲੈਕਸ਼ਨ ਹੋਈ ਸੀ ਅਕਤੂਬਰ ਦੇ ਵਿੱਚ ਜਾ ਕੇ ਦਸੰਬਰ ਨੂੰ ਇਹਦੀ ਨੋਟੀਫਿਕੇਸ਼ਨ ਹੋਈ ਆ ਜਿਹੜੀ ਨੋਟੀਫਿਕੇਸ਼ਨ ਦਸੰਬਰ 11 ਦੇ ਵਿੱਚ ਹੋਈ ਆ ਸੁਪਰੀਮ ਕੋਰਟ ਨੇ ਕਿਹਾ ਜੀ 2011 'ਚ ਨੋਟੀਫਿਕੇਸ਼ਨ ਹੋਈ ਆ ਉਹੀ ਉਹ ਮੈਂਬਰ ਕੰਟੀਨਿਊ ਕਰਨਗੇ ਫੰਕਸ਼ਨ ਕਰਦੇ ਰਹਿਣਗੇ ਇਹ ਤਾਂ ਹੁਣ ਇਹਨਾਂ ਨੇ ਆਪ ਜਾਣ ਕੇ ਆਪਣਾ ਕੰਟਰੋਲ ਰੱਖਣ ਦੇ ਵਾਸਤੇ ਉਹਨੂੰ ਗਲਤ ਇੰਟਰਪ੍ਰੇਟ ਕਰਕੇ ਆਪਣੇ ਮੈਂਬਰਾਂ ਨੂੰ ਕਹਿਤਾ ਉਹ ਮੈਂਬਰ ਸਾਰੇ ਤੁਸੀਂ ਆਰਡਰ ਮੰਗਵਾ ਲਓ ਜਿਹੜੇ ਮੈਂਬਰਾਂ ਨੇ ਕੰਮ ਕਰਨ ਦਿੱਤਾ ਨਹੀਂ ਕਰਨ ਦਿੱਤਾ ਇਹਨਾਂ ਦਾ ਮਾਮਲਾ ਉਹ ਦੇਖ ਲੈਂਦੇ ਉਸ ਟਾਈਮ ਦੇ ਉੱਤੇ ਸੁਪਰੀਮ ਕੋਲੋਂ ਬਿਲਕੁਲ ਕੋਈ ਸਟੇਅ ਨਹੀਂ ਸੀ ਸੁਪਰੀਮ ਕੋਰਟ ਨੇ ਕਿਹਾ ਸੀ ਜਿਹੜੀ ਇਹ ਨਵੀਂ ਚੁਣੀ ਗਈ ਆ ਉਹਦੀ ਜਿਹੜੀ ਨੋਟੀਫਿਕੇਸ਼ਨ ਹੋਈ ਆ ਦਸੰਬਰ 17-11 ਵਿੱਚ ਉਹੀ ਉਹ ਜਿਹੜਾ HEPC ਦੇ ਮੈਂਬਰ ਆ ਉਹੀ ਕੰਮ ਉਹ ਕੰਮ ਕਰਦੇ ਰਹਿਣਗੇ ਜਿਵੇਂ ਅੱਜ ਕਰ ਰਹੇ ਆ ਤੇ ਹੁਣ ਉਸ ਦਿਨ ਨੂੰ ਜਿਵੇਂ ਕਰ ਰਹੇ ਤਾਂ ਮਤਲਬ ਕਿ ਉਹ ਕੰਮ ਕਰਨਗੇ ਇਹਨਾਂ ਨੇ ਉਹਨੂੰ ਕੀ ਕਿਹਾ ਕਿ ਜੀ ਇਹ ਤਾਂ ਜੀ ਇਹ ਤਾਂ ਇਹ ਪ੍ਰਧਾਨ ਰਹੂਗਾ ਜਿਹੜਾ ਹੁਣ ਦਾ ਪ੍ਰਧਾਨ ਅਗਲਾ ਨਹੀਂ ਇਹ ਤਾਂ ਮਿਸ ਇੰਟਰਪ੍ਰੇਸ਼ਨ ਆ ਸੁਪਰੀਮ ਕੋਰਟ ਦਾ ਬਿਲਕੁਲ ਕੋਈ ਸਟੇਅ ਨਹੀਂ ਇਹਨਾਂ ਨੇ 5 ਸਾਲ ਇਹਨਾਂ ਦੇ ਹੋ ਗਏ 2016 ਦੇ ਵਿੱਚ ਕਾਰਜਕਾਲ ਇਹਨਾਂ ਦਾ ਖਤਮ ਹੋ ਗਿਆ ਕਿਸੇ ਕੋਰਟ ਨੇ ਇਹਨਾਂ ਨੂੰ ਇਹਨਾਂ ਦਾ ਕਾਰਜਕਾਲ ਨਹੀਂ ਵਧਾਇਆ 2016 ਤੋਂ ਮਗਰੋਂ ਇਹ ਜਿਹੜਾ ਹੁਣ ਅੱਜ ਤੱਕ ਬੈਠੇ ਆ 2 ਸਾਲ ਹੋ ਗਏ ਇਹ ਬਿਲਕੁਲ ਇਲੀਗਲ ਬੈਠੇ ਆ ਗੈਰ ਕਾਨੂੰਨੀ ਬੈਠੇ ਇਸੇ ਕਰਕੇ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਇਹਦੇ ਜਲਦੀ ਤੋਂ ਜਲਦੀ ਇਲੈਕਸ਼ਨ ਕਰੋ ਮੁੱਖ ਮੰਤਰੀ ਨੂੰ ਮੈਂ ਕਿਹਾ ਕਿਉਂਕਿ ਵੋਟਾਂ ਤੁਸੀਂ ਬਣਾਉਣੀਆਂ ਵੋਟਿੰਗ ਜੋ ਰਿਵਾਈਜ਼ ਕਰਨੀ ਆ ਕਿਉਂਕਿ 11 ਤੋਂ ਬਾਅਦ ਹੁਣ 7 ਸਾਲ ਹੋ ਗਏ ਆ ਬਈ ਤੁਸੀਂ ਵੋਟਿੰਗ ਲਿਸਟਾਂ ਰਿਵਾਈਜ਼ ਕਰਨੀਆਂ ਸ਼ੁਰੂ ਕਰੋ ਨਾਲ ਦੀ ਨਾਲ ਸੈਂਟਰ ਸਰਕਾਰ ਦੇ ਉੱਤੇ ਜ਼ੋਰ ਪਾਓ ਕਿ ਇਹਦੇ 'ਤੇ ਸੈਂਟਰ ਸਰਕਾਰ ਜਲਦੀ ਇਲੈਕਸ਼ਨ ਕਰਾਵੇ ਪਰ ਪੰਜਾਬ ਸਰਕਾਰ ਨੇ ਅਜੇ ਤੱਕ ਕੋਈ ਐਕਸ਼ਨ ਨਹੀਂ ਲਿਆ ਆਖਰੀ ਆਪਣੇ ਕੋਲ 1 ਮਿੰਟ ਬਚਿਆ ਫੂਲਕਾ ਸਾਹਿਬ ਇਸ ਪਲੇਟਫਾਰਮ ਤੋਂ ਕੋਈ ਗੱਲ ਮੈਂ ਪੁੱਛਣੀ ਭੁੱਲ ਗਿਆ ਹੋਵਾਂ ਤੁਸੀਂ ਕਹਿਣੀ ਚਾਹੋ ਜ਼ਰੂਰ ਕਹੋ ਜੀ ਨਹੀਂ ਬਹੁਤ ਬਹੁਤ ਧੰਨਵਾਦ ਮੈਂ ਤਾਂ ਕਹਿੰਦਾ ਇਹ ਭੁੱਲ ਗਿਆ ਕਿ ਤੁਹਾਡੇ ਪ੍ਰੋਗਰਾਮ ਮੈਂ ਦੇਖਦਾ ਮੈਨੂੰ ਬੜੇ ਵਧੀਆ ਲੱਗਦੇ ਆ ਤਾਂ ਮੈਂ ਤੁਹਾਡਾ ਸਮਾਂ ਤੁਸੀਂ ਬੜੇ ਤਰੀਕੇ ਨਾਲ ਬੜੇ ਸਹੀ ਤਰੀਕੇ ਨਾਲ ਤੁਸੀਂ ਹਰ ਇੱਕ ਮੁੱਦੇ ਨੂੰ ਐਕਸਪਲੇਨ ਕਰਦੇ ਹੋ ਜੀ ਸ਼ੁਕਰੀਆ ਮੈਂ ਕਹਿੰਦਾ ਤੁਸੀਂ ਕੋਈ ਵੀ ਗੱਲ ਐਸੀ ਕੋਈ ਪਾਰਟੀਕੁਲਰ ਪੁਆਇੰਟ ਮੈਂ ਭੁੱਲ ਮੈਂ ਤੁਹਾਨੂੰ ਦੇਖੋ ਜਿਹੜੇ ਤੁਹਾਡੇ ਦਰਸ਼ਕ ਨੇ ਮੈਨੂੰ ਪਤਾ ਕਿ ਉਹ ਬਹੁਤ ਜ਼ਿਆਦਾ ਚਿੰਤਕ ਆ ਪੰਜਾਬ ਦੇ ਬਾਰੇ ਅਤੇ ਇਹਦੇ ਬਾਰੇ ਆਪਣੇ ਪੰਥ ਦੇ ਬਾਰੇ ਮੈਂ ਤਾਂ ਇੱਕ ਚੀਜ਼ ਦੇਖੀ ਆ ਕਿ ਜੇ ਚਾਹੀਏ ਅਸੀਂ HEPC ਇੰਨਾ ਕੁਛ ਕਰ ਸਕਦੀ ਹੈ ਇੰਨਾ ਕੁਛ ਸਿਰਫ ਅਸੀਂ HEPC ਦੇ ਬਜਟ 'ਤੇ ਨਾ ਜਾਈਏ ਇਸ ਟਾਈਮ 'ਤੇ ਉਹਦੀ ਪੋਟੈਂਸ਼ੀਅਲ 'ਤੇ ਜਾਈਏ ਕਿ ਕਿੰਨਾ ਕੁਛ ਅਸੀਂ ਹੋਰ ਕਰ ਸਕਦੇ ਹਾਂ ਮੈਂ ਵਿਧਾਨ ਸਭਾ 'ਚ ਕਿਹਾ ਸੀ ਕਿ ਇਹ ਜਿਹੜੇ ਸਮਾਰਟ ਕਲਾਸਰੂਮ ਦਾ ਅਸੀਂ ਮਾਡਿਊਲ ਲੈ ਕੇ ਆਏ ਹਾਂ ਸਿਰਫ ਅਤੇ ਸਿਰਫ 20 ਕਰੋੜ ਰੁਪਇਆ ਚਾਹੀਦਾ ਸਬੰਧ ਮੈਂ ਆਪਣੇ ਬਣਾਤੇ 100 ਅਸੀਂ ਹੁਣ ਬਾਰਡਰ ਏਰੀਆ 'ਚ ਬਣਾ ਰਹੇ ਹਾਂ ਸਾਰੇ ਪੰਜਾਬ ਦੇ 12,000 ਸਕੂਲਾਂ 'ਚ ਬਣਾਉਣ ਲਈ ਸਿਰਫ ਅਤੇ ਸਿਰਫ 20 ਕਰੋੜ ਰੁਪਇਆ ਚਾਹੀਦਾ ਸਰਕਾਰ ਕੋਲ ਨਹੀਂ ਤਾਂ ਨਾ ਸਹੀ ਜੇ ਸਾਡੇ ਧਾਰਮਿਕ ਅਦਾਰੇ ਲੱਗ ਜਾਣਾ ਕੁਛ ਵੀ ਨਹੀਂ ਹੈ 20 ਕਰੋੜ ਰੁਪਇਆ ਸਾਡੀ ਸੰਗਤ ਐਡੀ ਵੱਡੀ ਆ ਜਿਹੜੀ ਮੈਂ ਮੋਬਾਈਲ ਡਿਸਪੈਂਸਰੀ ਚਲਾ ਰਿਹਾ ਮੈਂ ਵਿਧਾਨ ਸਭਾ 'ਚ ਕਿਹਾ ਸੀ ਹੈਲਥ ਮਿਨਿਸਟਰ ਅਤੇ ਫਾਈਨੈਂਸ ਮਿਨਿਸਟਰ ਨੂੰ ਮੈਂ ਕਿਹਾ ਇਹ ਲੋਅ ਕੋਸਟ ਮਾਡਲ ਅਸੀਂ ਡਿਵੈਲਪ ਕੀਤਾ ਸਿਰਫ ਅਤੇ ਸਿਰਫ 150 ਕਰੋੜ ਰੁਪਇਆ ਚਾਹੀਦਾ ਸਾਰੇ ਪੰਜਾਬ ਦੇ ਵਿੱਚ ਨੂੰ ਕਵਰ ਕਰਨ ਦੇ ਵਾਸਤੇ ਇਹ ਮੋਬਾਈਲ ਡਿਸਪੈਂਸਰੀ ਹੈ ਚਲਾ ਕੇ 150 ਕਰੋੜ ਰੁਪਇਆ ਵੀ ਕੋਈ ਵੱਡੀ ਗੱਲ ਨਹੀਂ ਜੇ ਅਸੀਂ ਲੱਗ ਜਾਈਏ ਤਾਂ ਮੈਂ ਤਾਂ ਵਿਧਾਨ ਸਭਾ ਦੇ ਸਪੀਕਰ ਨੂੰ ਕਿਹਾ ਸੀ ਕਿ ਤੂੰ ਇੱਕ ਗਰੁੱਪ ਬਣਾ ਦੇ ਜਿਹੜਾ ਪੈਸੇ ਇਕੱਠੇ ਕਰਕੇ ਲਿਆਵੇ ਇਹ ਜੋ ਮੈਂ LOPC ਉਦੋਂ ਕਿਹਾ ਸੀ ਪਰ ਇਸੇ ਕਿਸੇ ਨੂੰ ਕੋਈ ਪਰਵਾਹ ਨਹੀਂ ਕਰਦਾ ਕੋਈ ਨਹੀਂ ਇੱਥੇ ਕੋਈ ਕਿਸੇ ਨੂੰ ਮੈਂ ਕਿਹਾ ਮੈਂ ਤਾਂ ਉਹ ਇਹ ਚੀਜ਼ ਦੇਖ ਕੇ ਕਿਸੇ ਨੂੰ ਇੱਥੇ ਬਿਲਕੁਲ ਜਨਤਾ ਦੀ ਪਰਵਾਹ ਹੀ ਨਹੀਂ ਉਹਨਾਂ ਨੂੰ ਸਿਰਫ ਅਤੇ ਸਿਰਫ ਇਹ ਆ ਕਿ ਅਸੀਂ ਵੋਟਾਂ ਕਿਵੇਂ ਲੈਣੀਆਂ ਕੀ ਕਰਨਾ ਬਸ ਸਿਰਫ ਮਤਲਬ ਕਿ ਬੜਾ ਦੁੱਖ ਹੁੰਦਾ ਇਹ ਚੀਜ਼ ਦੇਖ ਕੇ ਤੋ ਇਹ ਮੈਂ ਅਸੀਂ ਇਹ ਚਾਹੁੰਦੇ ਹਾਂ ਕਿ ਇੱਕ ਇਸ ਤਰ੍ਹਾਂ ਦੇ ਗਰੁੱਪ ਬਣ ਕੇ ਕਰਨ ਜਿਹੜੇ ਕਿ ਪੰਜਾਬ ਨੂੰ ਪੰਜਾਬ ਦਾ ਦੇਖੋ ਅੱਜ ਕੱਲ੍ਹ ਸਭ ਤੋਂ ਵੱਡੀ ਕੀ ਗੱਲ ਆ ਐਜੂਕੇਸ਼ਨ ਅਤੇ ਹੈਲਥ ਦੁਨੀਆ ਦੇ ਵਿੱਚ ਇਹ ਐਜੂਕੇਸ਼ਨ ਅਤੇ ਹੈਲਥ ਤੋਂ ਅਸੀਂ ਡਾਊਨ ਆਇਆ ਤਾਂ ਹੀ ਨਸ਼ੇ ਆਏ ਆ ਨਸ਼ੇ ਵੀ ਉਹਦੀ ਜੇ ਐਜੂਕੇਸ਼ਨ ਹੈਲਥ ਤੋਂ ਅਸੀਂ ਡਾਊਨ ਆਇਆ ਪੰਜਾਬ ਦੀ ਡਿਵੈਲਪਮੈਂਟ ਕਿੰਨੀ ਡਾਊਨ ਆ ਗਈ ਉਹ 'ਚ ਅਨਪਲਾਈਮੈਂਟ ਕਿੰਨੀ ਜ਼ਿਆਦਾ ਹੋ ਗਈ ਇਹ ਸਾਰੀਆਂ ਚੀਜ਼ਾਂ ਦੀ ਆ ਐਜੂਕੇਸ਼ਨ ਅਤੇ ਹੈਲਥ ਜਿਹੜਾ ਅਸੀਂ ਇੱਕ ਨੋਨ ਪੋਲੀਟੀਕਲ ਗਰੁੱਪ ਜੇਕਰ ਬਣਾ ਕੇ ਉੱਭਰੇ ਉਹ ਪੰਜਾਬ ਦੀ ਐਜੂਕੇਸ਼ਨ ਅਤੇ ਹੈਲਥ ਕੰਮ ਕਰਨ ਸਰਕਾਰ ਦੇ ਨਾਲ ਮਿਲ ਕੇ ਕਰਨ ਸਰਕਾਰ ਨੂੰ ਵੀ ਸਹੀ ਤਰੀਕੇ ਨਾਲ ਚਲਾਉਣ ਅਤੇ ਅਸੀਂ ਪੰਜਾਬ ਦੇ ਵਿੱਚ ਐਜੂਕੇਸ਼ਨ ਅਤੇ ਹੈਲਥ ਦੇ ਵਿੱਚ ਮੋੜਾ ਲੈ ਕੇ ਆਈਏ ਬਿਲਕੁਲ ਸਰ ਫੂਲਕਾ ਸਾਹਿਬ ਤੁਸੀਂ ਸਮਾਂ ਕੱਢਿਆ ਸਾਰੀਆਂ ਗੱਲਾਂ ਸਾਡੇ ਨਾਲ ਸਾਂਝੀਆਂ ਕਰ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਇਸ ਦੇ ਨਾਲ ਹੀ ਆਪਾਂ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ ਅਤੇ ਮੈਂ ਆਸ ਕਰਦਾ ਕਿ ਅੱਜ ਦੀ ਇਸ ਇੰਟਰਵਿਊ ਦੇ ਵਿੱਚ ਇਹਨਾਂ ਗੱਲਾਂ ਬਾਤਾਂ ਦੇ ਵਿੱਚ ਤੁਹਾਨੂੰ ਕਾਫੀ ਕਲੈਰਿਟੀ ਮਿਲ ਗਈ ਹੋਏਗੀ ਕਿ ਇਸ ਵਕਤ ਸਿਆਸਤ ਕਿੱਧਰ ਨੂੰ ਜਾ ਰਹੀ ਹੈ ਸਿਆਸਤ ਕਰ ਕੌਣ ਕੌਣ ਰਿਹਾ ਅਸਲ ਮੁੱਦੇ ਕੀ ਨੇ ਅਤੇ ਉਹਨਾਂ ਮੁੱਦਿਆਂ ਨੂੰ ਕਿਸ ਲੀਹ ਦੇ ਉੱਪਰ ਪਾਉਣ ਦੀ ਲੋੜ ਹੈ ਅਤੇ ਸਭ ਤੋਂ ਵੱਡੀ ਚੀਜ਼ ਜਿਹੜਾ ਕਿ ਇਸ ਵਕਤ ਅਸਤੀਫੇ ਨੂੰ ਮੇਰੇ ਖਿਆਲ ਨਾਲ ਇਹ ਸਮਝਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਸ਼ਾਇਦ ਇਹ 'ਚ ਕੁਛ ਰਾਜਨੀਤੀ ਨਿਕਲਦੀ ਹੈ ਉਹ ਵੀ ਮੇਰੇ ਖਿਆਲ ਨਾਲ ਕਾਫੀ ਹੱਦ ਤੱਕ ਗੱਲ ਕਲੀਅਰ ਹੋ ਗਈ ਹੈ ਇਸ ਪ੍ਰੋਗਰਾਮ ਨੂੰ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰਨਾ ਪ੍ਰਾਈਮ ਏਸ਼ੀਆ ਟੀਵੀ ਨੂੰ ਇਸ ਤਰ੍ਹਾਂ ਪਿਆਰ ਮੁਹੱਬਤ ਦਿੰਦੇ ਰਹਿਣਾ ਫਿਲਹਾਲ ਦਿਓ ਇਜਾਜ਼ਤ ਗੁਰਪ੍ਰੀਤ ਸੰਧਾ ਵਾਲੀ ਨੂੰ ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ
हर रोज अपने फेवरेट शो देखने लई होवेगी भज नठ क्योंकि ब्रिट एशिया ते प्राइम एशिया ने मिला लेने हाथ हर रोज देखो प्राइम एशिया टीवी दे हिट शोज हुण ब्रिट एशिया टीवी ते देश दुनिया दियां खबरां लई प्राइम न्यूज सवेरे 7 बजे प्राइम वुमन बेस्ड ऑन वुमेन्स इश्यूज सवेरे 7:30 बजे कल्चरल शो विद म्यूजिक प्राइम जिंदगी सवेरे 8 बजे रिलीजियस इश्यूज लई प्राइम चर्चा ते एंटरटेनमेंट लई प्राइम टाइम सवेरे 9 बजे बेस्ड ऑन डेली करंट पॉलिटिकल इश्यूज प्राइम फोकस शाम 5 बजे जज दा विचार म्यूजिकल कॉमेडी शो एंड इंटरव्यूज विद पंजाबी स्टार्स शाम 6 बजे बेतड़क ते पक्षपात रहित सीनियर पत्रकार जितेंद्र पन्नू जी दा शो प्राइम डिस्कशन देखो शाम 7 बजे ते की रहा अखबारां दियां सुर्खियां च दसणगे स्वर्ण टैणा खबर दी खबर शाम 7:30 बजे सो 50 दे करीब देशां च वसदे पंजाबियां दे टीवी सेट्स ते स्काई टीवी चैनल 743 वर्जन टीवी चैनल 840 प्रीव्यू चैनल नंबर 264 ते ब्रिटिश एशिया टीवी है जिथे प्राइम एशिया टीवी है उथे